ਲੋਕਰਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਿੰਦਰ ਸਿੰਘ ਸਿੱਧੇ ਸਵਾਲ ਵਿੱਚ ਅੱਜ ਮੇਰੇ ਨਾਲ ਨੇ ਸਿਆਸੀ ਮਾਹਰ ਡਾਕਟਰ ਪਿਆਰਾ لال ਗਰਗ ਗੱਲਬਾਤ ਕਰਾਂਗੇ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਵਾਅਦੇ ਬੜੇ ਵੱਡੇ ਵੱਡੇ ਹੁੰਦੇ ਨੇ ਲੋਕ ਵੀ ਸੋਚਦੇ ਨੇ ਕਿ ਸ਼ਾਇਦ ਸੱਤਾ ਤਬਦੀਲੀ ਹੋ ਰਹੀ ਹੈ ਸਾਡਾ ਕਿਤੇ ਨਾ ਕਿਤੇ ਫਾਇਦਾ ਹੋਏਗਾ ਮਹਿੰਗਾਈ ਦੀ ਮਾਰ ਜਿਹੜੀ ਹੈ ਹਰ ਪਾਸਿਓਂ ਚੱਲਣੀ ਪੈਂਦੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਕਿਤੇ ਨਾ ਕਿਤੇ ਬਜਟ ਦੇ ਵਿੱਚ ਇਹੋ ਜੀ ਸਹੂਲਤ ਮਿਲ ਸਕਦੀ ਹੈ ਪਰ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਸਰਕਾਰ ਮੋਦੀ ਸਾਹਿਬ ਦੀ ਸੱਤਾ ਵਿੱਚ ਆਈ ਸਬਕਾ ਸਾਥ ਸਭ ਦਾ ਵਿਕਾਸ ਦੀ ਗੱਲ ਕੀਤੀ ਗਈ ਪਰ ਵਿਕਾਸ ਕਿਸ ਦਾ ਹੋ ਰਿਹਾ ਇਸ ਉੱਤੇ ਵੀ ਬੜੇ ਤਰ੍ਹਾਂ ਦੇ ਸਵਾਲ ਉੱਠਦੇ ਨੇ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲੌਕਡਾਊਨ ਦੇ ਵਿੱਚ ਵੀ ਵਧਦੀਆਂ ਰਹੀਆਂ ਨੇ ਹੁਣ ਵੀ ਵੱਧ ਰਹੀਆਂ ਨੇ 100 ਦੇ ਕਰੀਬ ਜਿਹੜਾ ਉਹ ਪੈਟਰੋਲ ਦੀ ਕੀਮਤ ਕਈ ਥਾਵਾਂ ਤੇ ਹੋ ਚੁੱਕੀ ਐ ਤੇ ਪੰਜਾਬ ਦੇ ਵਿੱਚ ਹਾਲਜਿਹੜੀ ਆ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਕਿ ਇਸ ਤਰ੍ਹਾਂ ਸਾਹਮਣੇ ਆ ਰਹੇ ਨੇ ਇਹ ਕੀਮਤਾਂ ਵੱਧਦੀਆਂ ਕਿੱਦਾਂ ਨੇ ਇਸ ਉੱਤੇ ਚਰਚਾ ਕਰਾਂਗੇ ਇਹਦੇ ਅਗਲੇ ਅਸਰ ਕਿੱਦਾਂ ਦੇ ਹੋਣਗੇ ਸਰਕਾਰਾਂ ਵਾਅਦੇ ਕਰਕੇ ਕਿਉਂ ਮੁੱਕਰਦੀਆਂ ਨੇ ਕਿਹਾ ਜਾਂਦਾ ਸੀ ਕਿ ਜਿਵੇਂ ਜਿਵੇਂ ਜਿਹੜਾ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਜਦੋਂ ਵੀ ਰੇਟ ਘਟੇਗਾ ਕੱਚੇ ਤੇਲ ਦਾ ਤਾਂ ਇੱਥੇ ਵੀ ਜਿਹੜਾ ਪੈਟਰੋਲ ਡੀਜ਼ਲ ਦਾ ਰੇਟ ਉਸ ਤਰੀਕੇ ਨਾਲ ਘਟਾਇਆ ਜਾਏਗਾ ਇਹਦੇ ਉੱਤੇ ਟੈਕਸ ਅਸੈਸ ਵਗੈਰਾ ਕੀ ਕੁਝ ਲਗਾਇਆ ਜਾਂਦਾ ਜਿਹਦੇ ਨਾਲ ਲੋਕਾਂ ਦੇ ਉੱਤੇ ਲੋਕਾਂ ਦੀ ਜੇਬ ਜਿਹੜੀ ਹੈ ਉਹ ਕੱਟ ਕੱਟੀ ਜਾਂਦੀ ਹੈ ਉਹ ਸਭ ਦੇ ਉੱਤੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਲੋਕ ਰਾਂਚ ਚੈਨਲ ਪੰਜਾਬੀ ਤੇ ਧੰਨਵਾਦ ਜੀ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਥੋੜਾ ਜਿਹਾ ਇਸ ਚੀਜ਼ ਨੂੰ ਸਮਝਾਓ ਕਿ ਪੈਟਰੋਲ ਦੀਆਂ ਕੀਮਤਾਂ ਕਿਸ ਹੱਦ ਤੱਕ ਜਾ ਰਹੀਆਂ ਨੇ ਇਹਨੂੰ ਕੰਟਰੋਲ ਕਰਨ ਦੇ ਲਈ ਕੀ ਕੀਤਾ ਜਾ ਸਕਦਾ ਤੇ ਕਿਉਂ ਵੱਧ ਰਹੀਆਂ ਨੇ ਕੀਮਤਾਂ ਦੇਖੋ ਸੁਖਿੰਦਰ ਜੀ ਪਹਿਲਾਂ ਸਾਨੂੰ ਇਹ ਸਮਝਾਓ ਕਿ ਪੈਟਰੋਲ ਤਿਆਰ ਕਿਵੇਂ ਹੁੰਦਾ ਜਿਹੜਾ ਸਾਨੂੰ ਮਿਲਦਾ ਹੈ ਜਾਂ ਡੀਜ਼ਲ ਕਿਵੇਂ ਤਿਆਰ ਹੁੰਦਾ ਜੀ 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 ਅਸਲ ਦੇ ਵਿੱਚ ਕੱਚਾ ਤੇਲ ਜਿਹਨੂੰ ਅਸੀਂ ਕਹਿੰਦੇ ਕੱਚਾ ਤੇਲ ਕੱਢਿਆ ਜਾਂਦਾ ਹੈ ਹਮ ਚਾਹੇ ਉਹ ਸਮੁੰਦਰ ਚੋਂ ਕੱਢਣ ਚਾਹੇ ਥੱਡੋਂ ਕੱਢਣ ਧਰਤੀ ਚੋਂ ਕੱਢਣਾ ਉਹ ਜਿਹੜਾ ਕੱਚਾ ਤੇਲ ਹੈ ਉਹ ਪੂਰੀ ਅੰਤਰਰਾਸ਼ਟਰੀ ਮਾਰਕੀਟ ਚੋਂ ਦਾ ਭਾਅ ਹੁੰਦਾ ਹੈ ਜਿਹੜਾ ਮਰਜ਼ੀ ਕੋਈ ਖਰੀਦ ਲੇ ਜਿੰਨਾ ਮਰਜ਼ੀ ਖਰੀਦ ਲੇ ਸੋ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਜਿਹੜਾ ਭਾਅ ਹੈ ਉਹ ਪ੍ਰਤੀ ਬੈਰਲ ਹੁੰਦਾ ਹੈ ਜੀ ਉਹ ਕੋਈ ਆਪਣੇ ਲੀਟਰਾਂ ਦੇ ਵਿੱਚ ਨਹੀਂ ਕਿਦੋਂ ਲੀਟਰਾਂ ਚ ਨਹੀਂ ਬੈਰਲ ਦੇ ਵਿੱਚ 159 ਡੀਟਰ ਹੁੰਦਾ ਹੈ ਤੇਲ ਕੱਚਾ ਤੇਲ ਹੂੰ ਤੇ ਉਸ ਕੱਚੇ ਤੇਲ ਨੂੰ ਲੈ ਕੇ ਫਿਰ ਸਾਫ ਕਰਿਆ ਜਾਂਦਾ ਹੈ ਹੂੰ ਸਾਫ ਕਰਕੇ ਰਿਫਾਈਨਰੀ ਦੀ ਚਾਰਜਸ ਬੰਦੇ ਨੇ ਫਿਰ ਉਹਦੇ ਉੱਤੇ ਇੱਕ ਐਕਸਾਈਜ਼ ਡਿਊਟੀ ਲੌਂਦੀ ਹੈ ਭਾਰਤ ਸਰਕਾਰ ਫਿਰ ਉਸ ਤੋਂ ਬਾਅਦ ਉਹ ਜਿਹੜੇ ਪੈਸੇ ਬਣੇ ਉਹਦੇ ਉੱਤੇ ਡੀਲਰ ਦਾ ਕਮਿਸ਼ਨ ਹੁੰਦਾ ਹੈ ਜੀ ਫਿਰ ਉਹਦੇ ਉੱਤੇ ਸਟੇਟਾਂ ਦਾ ਵੈਟ ਲੱਗਦਾ ਹੈ ਇਹ ਚਾ ਇਨ ਸਾਰਿਆਂ ਦਾ ਜੋੜ ਕਰਕੇ ਉਹ ਤੇਲ ਦੀ ਬਣ ਜਾਂਦੀ ਹੈ ਕੀਮਤ ਹੁਣ ਜਿਹੜਾ ਆਪਾਂ ਜੇ ਦੇਖੀਏ ਪਰ ਅੱਜ ਜੀਐਸਟੀ ਆਧੇਦਕ ਤੈਲ ਦਾ ਦੇਖੀਏ ਕਿਵੇਂ ਹੈ ਹੂੰ ਤਾਂ ਜਿਹੜਾ ਤੇਲ ਹੈ ਪੈਟਰੋਲ ਤੇ ਡੀਜ਼ਲ ਹੈ ਇਹ ਨੂੰ ਸਰਕਾਰ ਨੇ ਆਪਦੀ ਬਹੁਤ ਵੱਡੀ ਕੇਂਦਰ ਸਰਕਾਰ ਨੇ ਵਿਸ਼ੇਸ਼ ਕਰਕੇ ਬਹੁਤ ਵੱਡੀ ਆਮਦਨ ਦਾ ਸਰੋਤ ਬਣਾਇਆ ਹੈ ਟੈਕਸ ਲਾ ਕੇ ਉਹ ਟੈਕਸ ਜਿਹੇ ਮੈਂ ਤੁਹਾਨੂੰ ਗੱਲ ਕਰਾਂ 2014 ਦੇ ਵਿੱਚ ਜਦ ਆਏ ਸੀ ਉਸ ਤੋਂ ਪਹਿਲਾਂ ਜਿਹੜਾ ਟੈਕਸ ਸੀ ਉਹ 9 ਰੁਪਏ ਪ੍ਰਤੀ ਲੀਟਰ ਸੀ ਜਿਹੜਾ 2017 ਚ ਆ ਕੇ 21 ਰੁਪਏ ਹੋ ਗਿਆ 21.5 ਰੁਪਏ ਜਿਹੜਾ ਹੁਣ 32.5 ਰੁਪਏ ਆ ਹੂੰ ਜੇ 1 ਲੀਟਰ ਤੇ 9 ਤੋਂ 32.5 ਕਰਿਆ ਇਹ ਸਭ ਕਾ ਸਾਥ ਹੈ ਨਹੀਂ ਹੈ ਵਿਕਾਸ ਹੈ ਨਹੀਂ ਇਹ ਸਾਰਾ ਕੇਂਦਰ ਦਾ ਇਹ ਪੈਸਾ ਕੇਂਦਰ ਕੋਲ ਜਾਣਾ ਹੈ ਬਿਲਕੁਲ ਠੀਕ ਹੋ ਗਿਆ ਡੀਲਰ ਦਾ ਜਿਹੜਾ ਕਮਿਸ਼ਨ ਆ ਜਿਹੜਾ ਉਹ ਹੈਗਾ ਸਾਫ ਕਰਨ ਦਾ ਕੰਮ ਹੈ ਉਹ ਪੌਣੇ 4 ਰੁਪਏ ਲੀਟਰ ਪੈਂਦਾ ਹੈ ਜਿਹੜਾ ਡੀਲਰ ਦਾ ਕਮਿਸ਼ਨ ਆ ਉਹ ਵੀ ਪੌਣੇ 3.5 ਰੁਪਏ 1 ਲੀਟਰ ਹੈ ਫਿਰ ਉੱਤੇ ਵੈਟ ਹੈ ਜਿਹੜਾ ਵੈਟ ਹੈ ਉਹ ਤਕਰੀਬਨ 30% ਹੁਣਾ ਬੇਸਿਕ ਪ੍ਰਾਈਸ ਦਾ ਬੇਸਿਕ ਪ੍ਰਾਈਸ ਦੀ ਹੁਣ 28 ਰੁਪਏ ਪੈਂਦੀ ਹੈ ਜੀ 28 ਰੁਪਏ ਦੇ ਉੱਤੇ 9 ਰੁਪਏ 8 ਰੁਪਏ ਜੋ ਵੀ ਹੈ ਉਹ ਤੁਸੀਂ ਵੈਟ ਲਾ ਲਓ ਸਟੇਟ ਨੂੰ ਤਾਂ ਉਹ ਨਾ ਮਿਲਣਾ ਸੋ ਵੈਟ ਦੇ ਵਿੱਚ ਜਿਹੜਾ ਵਾਧਾ ਉਹ ਬਹੁਤ ਮਾਮੂਲੀ ਹੋਇਆ 21% ਸੀ ਹੁਣ 30% ਹੈ ਪਹਿਲਾਂ ਉਹ 15 17% ਸੀ ਸੋ ਇਹਨਾਂ ਨੇ 9% ਤੋਂ ਲੈ ਕੇ 32.5% ਤੇ ਲੱਗੇ ਇਹਦੇ ਕਰਕੇ ਵਧਿਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅੱਜ ਤਕਰੀਬਨ 62 ਡਾਲਰ ਦਾ ਇੱਕ ਬੈਰਲ ਆਂਦਾ ਹੈ ਜੇ ਉਹਨੂੰ ਕੈਲਕੂਲੇਟ ਕਰੀ ਤਾਂ 28 ਰੁਪਿਆ ਦਾ 1 ਲੀਟਰ ਪੈਟਰੋਲ ਜਾਂ ਡੀਜ਼ਲ ਤੇ ਆ ਡੀਜ਼ਲ ਪੈਟਰੋਲ ਇਹਦੇ ਪੈਟਰੋਲ ਦੇ ਬਹੁਤਾ ਫਰਕ ਨਹੀਂ ਆ ਰੇਟ ਦਾ ਜੀ ਜੀ ਤੇ ਉਹਦੇ ਜੇ 28 ਰੁਪਏ ਦਾ ਪਿਆ ਹੈ ਤਾਂ ਉਹਦੇ ਉੱਤੇ ਆਪਾਂ 4 ਰੁਪਏ ਉਹਦੇ ਲਾੜੋ ਵੀ ਸਾਫ ਕਰਨ ਦੇ 32 ਰੁਪਏ ਹੋ ਗਏ 32 ਰੁਪਏ ਦੇ ਉੱਤੇ ਜਿਹੜਾ ਹੈਗਾ ਆਪਣਾ ਡੀਲਰ ਦਾ ਕਮਿਸ਼ਨ ਪਾਉਣੇ 4 ਰੁਪਏ ਪਾਉਣੇ 36 ਹੋ ਗਏ ਬਾਕੀ ਜਿਹੜਾ 28 ਰੁਪਏ ਦੇ ਉੱਤੇ ਪੈਣਾ ਹੈ ਕਹੜੋ ਵੀ 30% ਹੋਰ ਲਾ ਦਿਓ ਜਿਹੜਾ ਸਟੇਟ ਦਾ ਵੈਟ ਟੈਕਸ ਬੈਠ ਕੇ ਨਾ ਸਾਨੂੰ ਆ 8.5 ਹੋ ਗਏ ਠੀਕ ਹੋ ਗਿਆ ਸੋ 36 ਤੇ 8.5 ਪੌਣੇ 36 ਤੇ 8.5 ਸਵਾ 44 ਰੁਪਏ ਹੋਏ ਸਾਰੀ ਜੇ ਆਪਾਂ ਸਾਰੇ ਟੈਕਸ ਲਾਤੇ ਹੁਣ ਸਫਾਈ ਸੂਈ ਜੀ ਜੀ ਬਿਲਕੁਲ ਕਮਿਸ਼ਨ ਫੀਲਰ ਦਾ ਲਾ ਕੇ ਜਿਹੜੇ ਪੌਣੇ 44 ਤੋਂ ਉੱਪਰ ਬਾਕੀ ਪੈਸੇ ਨੂੰ ਸਾਰੇ ਸਾਰੇ ਕੇਂਦਰ ਲੈ ਰਿਹਾ ਪ੍ਰਤੀ ਲੀਟਰ ਹੂੰ ਜਿੱਥੇ 90 ਰੁਪਏ ਉਥੇ 90 ਲੈ ਰਿਹਾ ਕਿਤੇ ਕੁੱਤੇ ਲੈ ਰਿਹਾ ਕਿਤੇ ਕਿਤੇ ਲੈ ਉਸ ਸਟੇਟ ਵੀ ਸਟੇਟਾਂ ਦਾ ਵੱਖਰਾ ਵੱਖਰਾ ਹੈ ਸਟੇਟਾਂ ਦਾ ਵੱਖਰਾ ਜਿਹੜਾ 90 ਰੁਪਏ ਅੱਜ ਅੱਜ ਜਿਹੜਾ ਰੇਟ ਤੇਲ ਦਾ ਚੱਲ ਰਿਹਾ ਪੈਟਰੋਲ ਦਾ ਉਹ ਦੋ ਤਿੰਨ ਸਟੇਟਾਂ ਚ ਹੈ ਜਿਹੜਾ 88 ਰੁਪਏ ਦੇ ਅਲਦਾਂ ਵਾਲੇ ਬਾਕੀ ਤਾਂ 95 96 90 ਦੇ ਅਲਦਾਂ ਕਿਤੇ 100 ਵੀ ਆ 100 ਵੱਖ-ਵੱਖ ਸਟੇਟਾਂ ਦਾ ਉਹ ਜਦ ਅਸੀਂ ਦੇਖਨੇ ਆ ਇਹਦਾ ਮਤਲਬ ਇਹ ਹੋਇਆ ਵੀ 44 ਵਾਲੇ ਜਿਹੜੇ ਆਪਾਂ ਗਿਨੇ ਆ 44 ਰੁਪਏ ਪੈਣ ਵਾਲਾ ਸਨੇ ਸਟੇਟ ਟੈਕਸ ਦੇ ਉਹਨੂੰ 88 ਚ ਤਾਂ ਸਿੱਧਾ ਹੀ ਦੇ ਚਲ ਰਿਹਾ ਹੈ ਨਾ ਘੱਟੋ ਘੱਟ ਜਗ੍ਹਾ ਤੇ ਬਿਲਕੁਲ ਬਿਲਕੁਲ ਸੋ 44 ਰੁਪਏ ਤਾਂ ਸਿੱਧਾ ਹੀ ਟੈਕਸ ਉਹ ਆਫ ਦਾ ਲਈ ਜਾ ਰਹੇ ਨਾ ਕਿੰਦਾ ਸਿੱਧਾ ਫਾਇਦਾ ਇਹ ਲੈ ਰਹੇ ਤੇ ਇਹ ਜਿਹੜਾ ਸਭ ਤੋਂ ਵੱਡਾ ਜਿਹੜਾ ਇਹਦੇ ਚ ਤੇਲ ਚ ਡੁੱਟਾ ਹੁਣ ਮੈਂ ਇਹਨੂੰ ਦੂਜੇ ਪਾਸੇੋਂ ਲੈਣਾ ਦੂਜੇ ਪਾਸੇ ਮੈਂ ਲੈਣਾ ਵੀ 2014 ਤੋਂ 18 ਤੱਕ ਵਧਾਇਆ ਕਿੰਨੀ ਤੇਜ਼ੀ ਨਾਲ ਕਿਉਂਕਿ ਜੋ ਪੈਸਾ ਕਮਾਉਣ ਦਾ ਏਮ ਬਣ ਗਿਆ ਬਿਲਕੁਲ ਹੁਣ ਇਹਦਾ ਇੱਕ ਹੋਰ ਗੱਲ ਦੇਖਣ ਦੀ ਲੋੜ ਆ ਜਿਹੜੀ ਅਸੀਂ ਕਈ ਵਾਰ ਇਸ ਨੂੰ ਇਗਨੋਰ ਮਾਰ ਦਿੰਦੇ ਆ ਜੀ ਉਹ ਇਹ ਹੈ ਕਿ ਆਹ ਤੇ ਸਰਕਾਰ ప్రతి ਸਾਲ ਪੈਟਰੋਲ ਤੇ ਡੀਜ਼ਲ ਦੇ ਵਿੱਚੋਂ ਤਕਰੀਬਨ 7.5 ਲੱਖ ਕਰੋੜ ਰੁਪਇਆ ਟੈਕਸ ਦਾ ਲੈ ਰਹੀ ਹੈ 7.5 ਲੱਖ ਕਰੋੜ 7.5 ਡੱਕ ਪਿਛਲੇ 6 ਸਾਲਾਂ ਜੇ ਮੈਂ ਦੇਖਾਂ ਤਾਂ ਤਕਰੀਬਨ 32 ਲੱਖ ਕਰੋੜ 33.5 ਲੱਖ ਕਰੋੜ ਇਹਨਾਂ ਨੇ ਟੈਕਸ ਦਾ ਲੈ ਲਿਆ ਵੀ ਇੰਨਾ ਕੀ ਪੈਸਾ ਇਹਨਾਂ ਨੇ ਵੱਡੇ ਜਿਹੜੇ ਕਾਰਪੋਰੇਟਨਾਂ ਨੂੰ ਟੈਕਸਾਂ 'ਚ ਛੱਡਤਾ ਛੱਡਤਾ ਤੋਂ ਜੇ ਆਪਾਂ ਦੇਖੀਏ ਵੀ ਲੋਕਾਂ ਤੇ ਟੈਕਸ ਲਾ ਰਹੇ ਨੇ ਉਹਨਾਂ ਨੂੰ ਓਨੇ ਟੈਕਸ ਛੱਡ ਰਹੇ ਨੇ ਬਿਲਕੁਲ ਇਹ ਸੋਚਣਗੇ ਲੋਕ ਵੀ ਪੈਟਰੋਲ ਡੀਜ਼ਲ ਤੇ ਟੈਕਸ ਦਾ ਯਾਰ ਜਾਂ ਕਿਸਾਨ ਨੂੰ ਲੱਗਦਾ ਹੋ ਆਮ ਬੰਦੇ ਨੂੰ ਕਿਵੇਂ ਲੱਗਦਾ ਹੈ ਬਿਲਕੁਲ ਇਹਨੂੰ ਮੈਂ ਹੁਣ ਉਹ ਜੈਕਸਪਰੇਨ ਕਰਨਾ ਚਾਹਣਾ ਨਹੀਂ ਬਿਲਕੁਲ ਬਿਲਕੁਲ ਯਾਦ ਹੈ ਤੁਸੀਂ ਡੀਜ਼ਲ ਤੁਸੀਂ ਪੈਟਰੋਲ ਦੀ ਜੇ ਪਹਿਲਾਂ ਗੱਲ ਛੱਡ ਦੋ ਜੇ ਬਾਅਦ ਚਾਂਗੇ ਡੀਜ਼ਲ ਦੇ ਉੱਤੇ ਵੀ ਇਦਾਂ ਹੀ ਆ ਸਾਰਾ ਕੁਝ ਹਮ ਆਪਾਂ ਨੂੰ ਪਤਾ ਹੈ ਡੀਜ਼ਲ ਦਾ 2-3 ਰੁਪਏ ਦਾ ਹੀ ਫਰਕ ਹੈ ਲੀਟਰ ਦਾ ਡੀਜ਼ਲ ਨਾਲ ਗੱਡੀਆਂ ਚੱਲਦੀਆਂ ਨੇ ਟ੍ਰੇਨਾਂ ਹਮ ਫੇ ਟ੍ਰੇਨਾਂ ਦੇ ਜਿਹੜਾ ਮਾਲ ਗੱਡੀਆਂ ਜਿਹੜਾ ਮਾਲ ਢੋਟ ਭਾਈ ਹੋ ਕੇ ਆਉਣਾ ਚਾਹੀਏ ਛੋਟੀਆਂ ਜੋਕਾਂ ਨੇ ਕੱਥੀ ਆਉਣੀਆਂ ਹੁਣ ਜਾਂ ਬਿਸਕਟਾਂ ਦੇ ਪ ਬਿਲਕੁਲ ਪਾਣੀ ਇਹ ਬੋਤਲਾਂ ਹੋਣੀਆਂ ਕੋਈ ਚੀਜ਼ ਵੀ ਗੱਡੀਆਂ ਰਾਹੀਂ ਢੋਟ ਢਾਈ ਹੋ ਕੇ ਉਹਨਾਂ ਦਾ ਕੋਲਾ ਹੋਣਾ ਹੋਵੇ ਗੱਡੀਆਂ ਦਾ ਜੋ ਮਰਜ਼ੀ ਖਰਚ ਹੋਏਗਾ ਤਾਂ ਉਹਦਾ ਫਰਾਈਟ ਚਾਰਜਸ ਵੱਧ ਜਾਣਗੇ ਜਿਹਨੂੰ ਫਰਾਈਟ ਕਹਿੰਦੇ ਨੇ ਜਾਨੀ ਕਿ ਉਹਦਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਵੀ ਜਦੋਂ ਉਹਦਾ ਧਾੜਾ ਵਧੇਗਾ ਡੀਜ਼ਲ ਕਿਉਂਕਿ ਮਹਿੰਗਾ ਉਹਦਾ ਧਾੜਾ ਵੱਧ ਗਿਆ ਜੇ ਟਰੱਕ ਰਾਹੀਂ ਸਮਾਨ ਆਉਂਦਾ ਕਿਸੇ ਨੇ ਲੱਕੜ ਮੰਗਾਈ ਆ ਸਰੀਆਂ ਮੰਗਾਇਆ ਸੀਮਿੰਟ ਮੰਗਾਇਆ ਇੱਟਾਂ ਮੰਗਾਈਆਂ ਨੇ ਕੋਈ ਚੀਜ਼ ਰੁੱਖ ਮੰਗਾਈ ਆ ਕੋਈ ਚੀਜ਼ ਕੱਪੜਾ ਮੰਗਾਇਆ ਰੂਮ ਮੰਗਾਈਆ ਕਪਾਹ ਮੰਗਾਈਆ ਅਨਾਜ ਢੋਆ ਹੈ ਹਰੇਕੀ ਤੇ ਉਹਦੇ ਉੱਤੇ ਡੀਜ਼ਲ ਤਾਂ ਲੱਗਣਾ ਹੀ ਆ ਨਾ ਟਰੱਕਾਂ 'ਚ ਜਾਣਾ ਬਿਲਕੁਲ ਬਿਲਕੁਲ ਕਿਰਾਇਆ ਵੱਧਾ ਉਹਦੇ ਉੱਤੇ ਵੀ ਫ੍ਰਾਈਟ ਚਾਰਜ ਜਿਹੜੀ ਢੋਟ-ਠੋਈ ਦੇ ਚਾਰਜ ਜਿਆਦਾ ਪੈ ਜਾਂਦੇ ਨੇ ਕਿਉਂਕਿ ਜੇ ਡੀਜ਼ਲ ਹੀ ਮਹਿੰਗਾ ਕਰਤਾ ਤਾਂ ਉਹ ਵੀ ਹੀ ਮਹਿੰਗਾ ਸੋ ਇਸ ਕਰਕੇ ਜਦ ਤੁਸੀਂ ਡੀਜ਼ਲ ਨੂੰ ਮਹਿੰਗਾ ਕਰਦੇ ਹੋ ਤਾਂ ਡੀਜ਼ਲ ਦਾ ਇੱਕ ਤਾਂ ਸਿੱਧਾ ਅਸਰ ਜਿਹੜਾ ਲੋਕਾਂ ਤੇ ਪੈਂਦਾ ਕਿ ਹਰ ਇੱਕ ਚੀਜ਼ ਮਹਿੰਗੀ ਹੋਏਗੀ ਉਸ ਦੇ ਹਿਸਾਬ ਨਾਲ ਕਿਉਂਕਿ ਡਿੱਤੇ ਆ ਢੋਂਟਾਂ ਆਂਦੇ ਹੀ ਮਹਿੰਗਾ ਪੈ ਗਿਆ ਦੂਜਾ ਡੀਜ਼ਲ ਦੇ ਮਹਿੰਗਾ ਡੀਜ਼ਲ ਪੈਟਰੋਲ ਦੇ ਤੋਂ ਕਈ ਐਸੀਆਂ ਚੀਜ਼ਾਂ ਬਣਦੀਆਂ ਨੇ ਉਹ ਜਿੰਨਾ ਜਿੰਨਾ ਪੈਟਰੋਲ ਮਹਿੰਗਾ ਹੋਈ ਜਿਵੇਂ ਨਾਈ ਲਾਉਣਾ ਹੋ ਰਿਹਾ ਜਿੰਨੇ ਇਹ ਸਿੰਥੈਟਿਕ ਫਾਈਬਰ ਨੇ ਉਹ ਸਾਰੇ ਇਹ ਪੈਟਰੋਲੀਅਮ ਪ੍ਰੋਡਕਟਸ ਕਹਿੰਦੇ ਆਸੀਂ ਇਹਨਾਂ ਨੂੰ ਉਹ ਵੀ ਮਹਿੰਗੀਆਂ ਹੋ ਜਾਂਦੀਆਂ ਨੇ ਸੋ ਇਸ ਕਰਕੇ ਉਹਦੇ ਨਾਲ ਵੀ ਫਿਰ ਜਿਹੜਾ ਹੈ ਲੋਕਾਂ ਦੇ ਉੱਤੇ ਵਜਨ ਪੈਂਦਾ ਜ਼ਿਆਦਾ ਕਿਉਂਕਿ ਤਾਂ ਸਭ ਨਹੀਂ ਲੋੜ ਹੈ ਕਪੜੇ ਦੀ ਤਾਂ ਸੋ ਇਸ ਕਰਕੇ ਜਦ ਅਸੀਂ ਇਹ ਜਿਹੜੀ ਸਰਕਾਰ ਜਦ ਲੋਕਾਂ ਦੇ ਡੇ ਟੂ ਡੇ ਜੀਵਨ ਆਮ ਤੌਰ ਤੇ ਬਹੁਤ ਸਾਰੇ ਬੰਦੇ ਜਿਹੜੇ ਕਈ ਵਾਰੀ ਮੈਨੂੰ ਆਇ ਲੱਗਦਾ ਵੀ ਬਹੁਤਿਆਂ ਨੂੰ ਤਾਂ ਪਤਾ ਨਹੀਂ ਹੁੰਦਾ ਵੀ ਲੋਕ ਪਿੰਡਾਂ ਦੇ ਰਹਿੰਦੇ ਕਿਵੇਂ ਨੇ ਸੱਚੀ ਮੁੱਚੀ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਹੈ ਜਦ ਸੁਣੇ ਸੀ ਜਦ ਉਹ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਅੱਛਾ ਸਿੰਘੂ ਬਾਰਡਰ पे ਤੋਂ ਲੋਕ ਗਰਮ ਪਾਣੀ ਸੇ ਨਾ ਰਹੇ ਹੈ ਅੱਛਾ ਉਹ ਤਾਂ ਪੀਜ਼ਾ ਵੀ ਖਾ ਸਕਤੇ ਹੈ ਉਹਨਾਂ ਵਿਚਾਰੇ ਨੂੰ ਪਤਾ ਨਹੀਂ ਵੀ ਕਿਸਾਨ ਵੀ ਯਕੋ ਨਹੀਂ ਕਰਦਾ ਬਿਲਕੁਲ 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 ਬਸ ਉਹਨਾਂ ਦੀ ਨਜ਼ਰ ਚਹੀ ਹੁੰਦਾ ਹੈ ਵੀ ਜਿਹੜੇ ਪਿੰਡਾਂ ਦੇ ਲੋਕ ਨੇ ਭੁੱਖੇ ਨੰਗੇ ਨੇ ਨੰਗੇ ਬਿਨਾ ਜੁੱਤਿਆਂ ਦੇ ਰਹਿੰਦੇ ਨੇ ਉਹਨਾਂ ਨੂੰ ਰੋਟੀ ਖਾਣ ਦੀ ਲੋੜ ਨਹੀਂ ਹੁੰਦੀ ਬਹੁਤੀ ਸੁੱਕੀ ਸੱਕੀ ਰੋਟੀ ਮਿਲਦੀ ਆ ਦਾਲ ਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ ਯਾਨੀ ਕੋ ਐਂ ਸਮਝਦੇ ਨੇ ਜਿਹੜਾ ਮੈਂ ਸੋ ਉਹ ਜਿਹੜੇ ਇਹ ਉਹ ਲੋਕ ਨੇ ਉਹ ਫਿਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨੂੰ ਐਂ ਕਹਿੰਦੇ ਸਾਡੇ ਤੇ ਬੋਝ ਪੈ ਗਿਆ ਹੂੰ ਖਾਸ ਕਰਕੇ ਪਟਵਾਰ ਨੂੰ ਕਿਉਂਕਿ ਬੱਟੀਆਂ ਵੀ ਨਾ ਸਭ ਇੱਕ ਹੋਰ ਮੈਂ ਇੱਕ ਕਿਸੇ ਦੀ ਗੱਲਬਾਤ ਸੁਣ ਰਿਹਾ ਸੀ ਉਹ ਕਿਸੇ ਨੇ ਸਵਾਲ ਕੀਤਾ ਕਿ ਕੀਮਤਾ ਜਿਹੜੀਆਂ ਨੇ ਕੋਈ ਭਾਜੀਪੀ ਦਾ ਵਰਕਰ ਸੀਗਾ ਉਹਨੂੰ ਪੁੱਛਿਆ ਕਿ ਲਗਾਤਾਰ ਅਸਮਾਨ ਛੂ ਰਹੀਆਂ ਨੇ ਤੇ ਮੈਂ ਇਹਨੂੰ ਹਾਸੋ ਜਿਹਨਾਂ ਨੂੰ ਕਵਾਂਗਾ ਕਿ ਤਰਸਯੋਗ ਆਪਾਂ ਕਹੀਏ ਕਿ ਹਾਲਤ ਦਿਮਾਗੀ ਇੰਨੀ ਤਰਸਯੋਗ ਹੋਈ ਹੈ ਉਹ ਕਹਿੰਦਾ ਭਾਵੇਂ 500 ਰੁਪਏ ਲੀਟਰ ਹੋ ਜੇ ਮੈਂ ਤਾਂ ਉਹ ਵੀ ਤੇਲ ਪੁਹਾਨ ਨੂੰ ਤਿਆਰ ਆ ਜਿਹਨੂੰ ਮਹਿੰਗਾ ਲੱਗਦਾ ਉਹ ਸਾਈਕਲ ਤੇ ਜਾਵੇ ਆਪਣਾ ਉਹ ਇਸ ਹੱਦ ਤੱਕ ਜਿਹੜਾ ਸਰਕਾਰ ਦੀ ਪਿੱਠ ਥਾਪੜਦੇ ਨੇ ਸਰਕਾਰ ਨੂੰ ਤਾਂ ਆਪੇ ਉਤਸ਼ਾਹ ਮਿਲਣਾ। ਦੇਖੋ ਜਿਹੜਾ ਉਹ ਬੰਦਾ ਹੋਏਗਾ ਨਾ ਉਹਦੇ ਕੋਲ ਐਮੀ ਹਰਾਮ ਦਾ ਪੈਸਾ ਹੋਣਾ ਹੈ। ਨਹੀਂ ਭਾਜੀਪੀ ਦੇ ਵਰਕਰ ਵੀ 500 ਰੁਪਏ ਲੀਟਰ ਤੇ ਨਹੀਂ ਪਵਾ ਸਕਦਾ। ਬਿਲਕੁਲ ਬਿਲਕੁਲ ਉਦਾਂ ਹੀ ਸੁਗਲ ਛੱਡਦਾ। ਨਹੀਂ ਪਸੰਦ ਉਹ ਸਾਈਕਲ ਤੇ ਜਾਵੇ। ਹੈ ਇਹ ਜੇ ਪੰਜਾਬੀ ਚ ਕਹਿੰਦੇ ਨੇ ਜਿਹੜਾ ਵੀ ਉਹਦੇ ਵਾਪਦਾ ਰਾਜ ਨਹੀਂ ਹੈ ਜਿਹਨੂੰ ਪੰਜਾਬੀ ਚ ਕਹਿੰਦੇ ਆਪਾਂ। ਬਿਲਕੁਲ ਬਿਲਕੁਲ ਨਹੀਂ ਤੁਸੀਂ ਕਹੋ ਵੀ ਚੰਗਾ ਫੇਰ ਭੁੱਖੇ ਮਰੀ ਜਾਓ। ਇਹ ਇਹ ਦੇਸ਼ ਹੈ। ਇਹ ਦੇਸ਼ ਦੇ ਨੇ ਕੋਈ ਆਏ ਨਹੀਂ ਆ ਵੀ ਭਾਜੀਪੀ ਦਾ ਦੇਸ਼ ਨਹੀਂ ਆਇਆ। ਨਾ ਹੀ ਮੋਦੀ ਦਾ ਦੇਸ਼ ਹੈ ਉਹ ਤਾਂ ਹੁਕਮ ਰਾਨੇ ਹੁਕਮਰਾਨ ਜੀ ਗੜਬੜ ਕਰਨਗੇ ਤਾਂ ਲੋਕ ਗੱਦੀ ਤੋਂ ਵੀ ਲਾਣ ਨੇ ਦੁਹੰਦਰ ਖਿੱਚ ਕੇ ਉਹ ਵਿਚਾਰੇ ਨੂੰ ਪਤਾ ਨਹੀਂ ਇੱਕ ਤਾਂ ਦਿਮਾਗ ਨੂੰ ਬੁੱਝ ਕਰਤਾ ਉਹਨਾਂ ਦਾ ਦੂਜਿਆਂ ਨੂੰ ਆਏ ਵੀ ਨਹੀਂ ਪਤਾ ਵੀ ਆਹ ਬਹੁਤੀ ਨਹੀਂ ਚਲਦੀ ਹੁੰਦੀ ਜਿਹੜੇ ਉਹਨੇ ਨਾਲ ਚ ਹੱਸ ਪੜਿਆ ਆਪਦਾ ਇੱਥੇ ਤਾਂ ਵੱਡੇ ਵੱਡੇ ਰਾਜੇ ਨਹੀਂ ਰਹੇ ਬਿਲਕੁਲ ਜਿਹੜੇ ਬਹੁਤ ਵੱਡੇ ਆਪਦੇ ਆਪ ਨੂੰ ਕਹੁੰਦੇ ਸੀ ਤਾਕਤਵਰ ਉਹ ਰਾਜੇ ਨਹੀਂ ਰਹੇ ਜਦਕਿ ਚੋਣ ਵੀ ਨਹੀਂ ਹੁੰਦੀ ਸੀ ਰਾਜਾ ਮਾਦੇ ਪੇਟੋ ਜਾਂਦਾ ਸੀ ਹੁਣ ਤਾਂ ਫਿਰ ਵੀ ਮੱਤ ਪੇਟੀ ਚੋ ਜਾਂਦਾ ਨਾ ਹੁਣ ਤਾਂ ਬੈਲਟ ਬਾਕਸ ਦੇ ਰਾਹੀਂ ਜਾਂਦਾ ਚਾਹੇ ਉਹ ਬੈਲਟ ਬਾਕਸ ਹੋਵੇ ਚਾਹੀ ਵੀ ਉਹ ਮਸ਼ੀਨ ਹੋਵੇ ਉਹ ਗੱਲ ਬਖਰੀਏ ਇਹਨਾਂ ਨੇ ایਵੀਐਮ ਦੇ ਰਾਹੀਂ ਜਮਾਉਣਾ ਵੀ ਆਪਦੇ ਤਰੀਕੇ ਦਾ ਕਰਤਾ ਜਿਵੇਂ ਆਰਟੀਫੀਸ਼ੀਅਲ ਬਰਥ ਦੀ ਤਾਂ ਪਰ ਫਿਰ ਵੀ ਜਿਹੜੇ ਬੰਦੇ ਇਹੋ ਜਿਹੇ ਬਿਲਕੁਲ ਠੀਕ ਤੁਸੀਂ ਕਿਹਾ ਵੀ ਇੰਨਾ ਦਿਮਾਗਵਾਸ਼ ਕਰਤਾ ਇੰਨੇ ਅੰਨੇ ਕਰਤੇ ਜਿਹਦੇ ਨਾਲ ਉਹਨਾਂ ਨੂੰ ਰੈਸ਼ਨੈਲਟੀ ਖਤਮ ਇਸੇ ਨੂੰ ਮੈਂ ਕਹਣਾ ਇਹ ਹੈਗੇ ਦਿਮਾਗ 'ਚ ਜਾਹਿਰ ਹੋਰ ਕੋਈ ਨਹੀਂ ਇਹ ਇਨਸਾਨੀਅਤ ਤੋਂ ਟੁੱਟੇ ਹੋਏ ਲੋਕ ਨੇ ਦਿਮਾਗ ਦੇ ਵਿੱਚ ਜ਼ਹਿਰ ਭਰੀ ਹੋਈ ਹੈ ਕਿ ਉਹਨਾਂ ਨੂੰ ਸਾਹਮਣੇ ਜਿਹੜੀ ਹਕੀਕਤ ਹੈ ਉਹ ਨਜ਼ਰ ਨਹੀਂ ਆਉਂਦੀ ਜਦੋਂ ਲੋਕੋ ਪੈਸਾ ਖੋਤਾ ਹੈ ਜੇ ਜਾਉ ਨੂੰ ਹਕੀਕਤ ਬਿਲਕੁਲ ਹੀ ਨਜ਼ਰ ਨਹੀਂ ਆਉਂਦੀ ਦੋ ਬੰਦਾ ਸਰ ਹੁਣ ਇਹ ਦੱਸਿਓ ਕਿ ਜਿਹੜਾ ਤੁਸੀਂ ਕਿਹਾ ਕਿ ਇਹਨਾਂ ਨੇ 5 ਲੱਖ ਕਰੋੜ ਰੁਪਈਆ ਪਰ ਸਾਲ ਜਿਹੜਾ ਇਹਨਾਂ ਨੂੰ ਬਚਦਾ ਇੰਨੇ ਸਾਲਾਂ ਵਿੱਚ ਜਮਾ ਕੀਤਾ ਉਹ ਲੱਗਦਾ ਕਿਹੜੇ ਪਾਸੇ ਕਿਸ ਤਰੀਕੇ ਪਾਸੇ ਕੀ ਲੋਕਾਂ ਦੀ ਭਲਾਈ ਦੇ ਵਿੱਚ ਲੱਗਦਾ ਉਹ ਜਿਹੜਾ 31-32 ਲੱਖ ਕਰੋੜ ਰੁਪਇਆ ਆਇਆ ਜਿੰਨੇ ਸਾਲਾਂ ਚ ਉਹਨੇ ਸਾਲਾਂ ਚ 31-32 ਲੱਖ ਰੁਪਇਆ ਲੱਖ ਕਰੋੜ ਰੁਪਇਆ ਜਿਹੜੇ ਇਹ ਮਾਨੀ ਡਾਨੀ ਵੱਡੇ ਕਾਰਪਰ ਨੇ ਉਹਨਾਂ ਨੂੰ ਟੈਕਸ ਦੇ ਰਿਫ ਦਿੱਤਾ ਐਦਾਂ ਉਹ ਲੈ ਲਿਆ ਐਦਾਂ ਦੇਤਾ ਹੂੰ ਅਸਲ ਗੱਲ ਇਹ ਆ ਹੁਣ ਉਹਨਾਂ ਤੋਂ ਟੈਕਸ ਲੈਣ ਦੀ ਬਜਾਏ ਟੈਕਸ ਲੈ ਲਿਆ ਇਹ ਟੈਕਸ ਲੈ ਕੇ ਇਹਨਾਂ ਨੇ ਆਪਦਾ ਸਰਕਾਰ ਚਲੋਣੀ ਆ ਹੁਣ ਜਿਹੜਾ ਤੁਸੀਂ ਪੁੱਛਿਆ ਕਿੱਥੇ ਲੱਗਦਾ ਜੀ ਉਹਨਾਂ ਨੂੰ ਰਿਲੀਫ ਦਿੱਤਾ ਇਹਨਾਂ ਤੋਂ ਟੈਕਸ ਵਧਾਤਾ ਇੱਕ ਗੱਲ ਹੋ ਗਈ ਭਾਰਤ ਸਰਕਾਰ ਦਾ ਜਿਹੜਾ 81 ਦਾ ਬਜਟ ਆ ਜੋ ਸੀ타 ਰਮਨ ਜੀ ਨੇ ਉੱਥੇ ਪੜ੍ਹ ਕੇ ਸੁਣਾਇਆ ਹੈ ਜੋ ਡਿਜੀਟਕ ਆ ਗਿਆ ਹੁਣ ਸਾਹਮਣੇ ਸਾਹਮਣੇ ਕਿਤਾਬਾਂ ਪਈਆਂ ਨੇ ਹੁਣ ਤਾਂ ਜੀ 34 ਲੱਖ 83000 ਕਰੋੜ ਦਾ ਬਜਟ ਹੈ ਹੂੰ ਉਹ 34 ਲੱਖ 83000 ਕਰੋੜ ਕਿੱਥੋਂ ਆਏਗਾ ਨਾ ਪੈਸਾ ਹੂੰ ਬਿਲਕੁਲ ਕਿਹੜਾ ਖਰਚਾ ਕਰਨਾ ਹੈ ਉਹ ਪੈਸਾ ਤਾਂ ਕਿੱਥੋਂ ਆਣਾ ਹੈ ਨਾ ਬਿਲਕੁਲ ਉਹਦੇ ਵਿੱਚੋਂ 16 ਲੱਖ ਤੇ 83000 ਕਰੋੜ ਰੁਪਇਆ ਤਾਂ ਆਏਗਾ ਜੀ ਜੋ 15 ਲੱਖ 8000 ਕਰੋੜ ਰੁਪਇਆ ਦੇਣਗੇ ਕਰਜ਼ਾ ਹੂੰ 1 ਲੱਖ 75000 ਕਰੋੜ ਦੀਆਂ ਵੇਚਣਗੇ ਜਾਇਦਾਦਾਂ ਹੂੰ ਕੰਪਨੀਆਂ ਵੇਚਣਗੇ ਹੋਰ ਜਾਇਦਾਦਾਂ ਵੇਚਣਗੇ ਸੋ 16 16.80 ਹਜ਼ਾਰ ਤਾਂ ਇਕੱਠਾ ਕਰਿਆ ਬਾਕੀ ਜਿਹੜਾ 18 ਲੱਖ ਰਹਿ ਗਿਆ 18 ਲੱਖ ਕਰੋੜ ਉਹ ਜੋ 5 ਲੱਖ 5.5 ਦਾ ਕਰੋੜ ਕੱਢੇ ਇਸ ਤੋਂ ਲੈਣ ਦੇ ਯਾਨੀ ਕਿ 33% ਪੈਸਾ ਜਿਹੜਾ ਐਕਚੁਅਲ ਰੈਵਨਿਊ ਇਕੱਠਾ ਕਰਨਾ ਹੈ ਸਾਰਾ ਕੁਝ ਕਰਕੇ ਵੀ ਉਹਦਾ 33% ਕੱਡੇ ਪੈਟਰੋਲ ਡੀਜ਼ਲ ਚੋਂ ਲਹਿ ਰਹੇ ਨੇ ਜੇ ਅਸੀਂ ਦੇਖੇ ਡੇਲੀ ਕੰਜ਼ਮਪਸ਼ਨ ਭਾਰਤ ਦੇ ਵਿੱਚ ਹਰ ਰੋਜ਼ ਦੀ 3 ਕਰੋੜ 27 ਲੱਖ ਲੀਟਰ ਪੈਟਰੋਲ ਲੱਗਦਾ ਹੈ ਜੀ ਕਿ ਤਕਰੀਬਨ 27 27 27 ਕਰੋੜ ਲੀਟਰ 27 ਕਰੋੜ 20 ਲੱਖ ਲੀਟਰ ਡੀਜ਼ਲ ਲੱਗਦਾ ਰੋਜ਼ ਆ ਪੈਸਾ ਲੋਈ ਤਾਂ ਕਿੰਨਾ ਪੈਸਾ ਆਊਗਾ ਬਿਲਕੁਲ 35 ਰੁਪਏ ਦੇ ਹਿਸਾਬ ਨਾਲ ਇਹਨੂੰ ਗੁਣਾ ਕਰ ਲਓ ਫਿਰ ਪਤਾ ਲੱਗ ਜੂ ਰੋਜ਼ ਕਿੰਨਾ ਪੈਸਾ ਸਰਕਾਰ ਦੇ ਕੇਂਦਰ ਸਰਕਾਰ ਦੇ ਖਜ਼ਾਨੇ ਜਾ ਰਹੇ ਹੈ ਬਿਲਕੁਲ ਜੋ ਇਸ ਤਰੀਕੇ ਨਾਲ ਜਦ ਅਸੀਂ ਇਸ ਨੂੰ ਜਿਹੜੀ ਕਰੋੜ ਦੀ ਹੈ ਸਾਡੇ ਕੀ ਹੈ ਸਾਡੇ ਇਹ ਹੈ ਵੀ ਸਾਡਾ ਸਾਡੇ 도ਰੇ ਮਾਪ ਦੰਡ ਨੇ ਅਸਲ 도ਰੇ ਮਾਪ ਦੰਡ ਕੀ ਨੇ ਅਸੀਂ ਜਦ ਸਾਡੇ ਸਿਆਸਤਦਾਨਾਂ ਨੇ ਮੈਂ ਵੈਸੇ ਉਹਦੇ ਚ ਬੀਜੇਪੀ ਜਿਆਦਾ ਅਖੜਾ ਹੈ ਜਿਆਦਾ ਉਸ ਨਾਲ ਕਰਦੀ ਹੈ ਜੇ ਜਿਆਦਾ ਹੰਕਾਰ ਵਾਲੀ ਹੈ ਵੈਸੇ ਹਾਂ ਸਿਆਸਤਦਾਨ तकरीबन ਸਾਰੇ ਉਹੀ ਜੀ ਕਰਦੇ ਨੇ ਜੀ ਜੀ ਜਦ ਇਹਨਾਂ ਨੇ ਵੋਟ ਲੈਣੀ ਹੁੰਦੀ ਹੈ ਲੋਕਾਂ ਨੂੰ ਗਲਤ ਉਹ ਦਿੰਦੇ ਨੇ ਤੇ ਆਪਦੇ ਵਿਰੋਧੀ ਦਾ ਕ੍ਰਿਟਿਸਿਜ਼ਮ ਵੀ ਗਲਤ ਕਿਉਂ ਨਾ ਕਰਦੇ ਨੇ ਕਿ ਜਿਹੜਾ ਇਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਨਹੀਂ ਕਰ ਸਕਦੇ ਆਪਣੀਆਂ ਸੂਬਿਆਂ ਚ ਨਹੀਂ ਵੀ ਕਰਿਆ ਹੁੰਦਾ ਉਹਦੇ ਉੱਤੇ ਵੀ ਕਹਿੰਦੇ ਇਹ ਤਾਂ ਐ ਹੋਣਾ ਚਾਹੀਦਾ ਸੀ ਐ ਹੋਣਾ ਚਾਹੀਦਾ ਸੀ ਮੋਂ ਤੁਸੀਂ ਦੇਖੋ ਜਦ ਮੋਦੀ ਸਾਹਿਬ ਸਰਕਾਰ ਚ ਨਹੀਂ ਸੀਗੇ ਔਰ ਇਹਨਾਂ ਨੇ ਕਾਰਪੋਰੇਟਾਂ ਨਾਲ ਕਰ ਲਿਆ ਵੀ ਤੁਸੀਂ ਮੋਦੀ ਨੂੰ ਵੜਾਉਣਗੇ ਬੀਜੇਪੀ ਮੋਦੀ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਕੈਂਡੀਡੇਟ ਨਹੀਂ ਬਣਾਉਣ ਨੂੰ ਤਿਆਰ ਸੀਗੀ ਇਹ ਸਾਰਾ ਕਾਰਪੋਰੇਟਾਂ ਕਰਕੇ ਹੋਇਆ ਹੂੰ ਬਿਲਕੁਲ ਇਹ ਬੀਜੇਪੀ ਨੇ ਤਾਂ ਇਹਨਾਂ ਨੂੰ ਇਲੈਕਸ਼ਨ ਦਾ ਇੰਚਾਰਜ ਬਣਾਤਾ ਸੀ ਹੂੰ ਜਦ ਗੁਜਰਾਤ ਦੇ ਸੀਐਮ ਸੀਗੇ ਉਸੇ ਇਹ ਅਡਵਾਨੀ ਜੀ ਸੁਸ਼ਮਾ ਸਵਰਾਜ ਜੀ ਇਹ ਸਾਰੇ ਇਹਨਾਂ ਦੇ ਉਲਟ ਹੋ ਗਿਆ ਸੀ ਰਾਜਨਾਥ ਜੀਵਨ ਤੇ ਜਸਵੰਤ ਸਿੰਘ ਜਸਵੰਤ ਸਿੰਘ ਸਾਰੇ ਨੇ ਅੱਕੇ ਕਿਵੇਂ ਹੋ ਗਿਆ ਮੁਰਲੀ ਮਨੋਜਿਓਸ਼ੀ ਜੀ جے ਪਰ زیادہ ਇਹਨਾਂ ਨੇ ਅਮਰੀਕਾ ਚ ਜਾ ਕੇ ਗਿੱਟਮਿਟਕੀ ਕਰ ਲਈ ਫਿਰ ਰਾਜਨਾਥ ਸੀ ਉਦੋਂ ਪ੍ਰਧਾਨ ਹੁੰਦੇ ਇਹਨਾਂ ਨੇ ਅਨਾਉਂਸ ਕਰਤਾ ਵੀ ਸਾਡਾ ਕੈਂਡੀਡੇਟ ਹੋਗਾ ਐਚਾ ਕਿ ਇਹਨਾਂ ਨੂੰ ਕਹਤਾ ਵੀ ਆਪਣੀ ਗੱਲਬਾਤ ਹੋ ਗਈ ਹੁਣ ਤੁਸੀਂ ਚੁੱਪ ਰਹੋ ਉਹ ਚੁੱਪ ਕਰ ਗਏ ਤੁਹਾਡੇ ਸਾਹਮਣੇ ਆ ਬਿਲਕੁਲ ਬਿਲਕੁਲ ਇਹੋਸੇ ਬੰਦੇ ਨੂੰ ਤੁਸੀਂ ਦੇਖੋ ਕਿਵੇਂ ਬਣੇ ਹੋਣਗੇ ਜਿਸ ਬੰਦੇ ਨੂੰ ਅਮਰੀਕਾ ਵੀਜ਼ਾ ਨਹੀਂ ਦੇਣ ਨੂੰ ਤਿਆਰ ਉਹਦੇ ਨਾਲ ਉਹ ਫਿਰ ਦਵੱਲੇ ਰਿਲੇਸ਼ਨ ਕਾਇਮ ਕਰ ਰਹੀ ਹੈ ਬਿਲਕੁਲ ਉਹ ਦੋਸਤ ਵਾਂਗ ਹੋਵਾਮਾ ਸਾਹਿਬ ਦਾ ਵੀ ਤੇ ਟਰੰਪ ਸਾਹਿਬ ਦਾ ਵੀ ਬਿਲਕੁਲ ਜਿਹੜੇ ਨੂੰ ਭਾਜਪੀ ਦੀ ਪਾਰਟੀ ਕੇਂਦਰੀ ਕਮੇਟੀ ਕਰੋ ਜੋ ਵੀ ਹੈ ਇਹਨਾਂ ਦੀ ਜਿਹੜੀ ਉਪ ਪਾਰਟੀ ਦੀ ਵੱਡੀ ਲੀਡਰਸ਼ਿਪ ਹੈ ਕੱਦਾਵਾਰ ਲੀਡਰਸ਼ਿਪ ਹੈ ਉਹ ਉਸ ਨੂੰ ਇਲੈਕਸ਼ਨ ਦੀ ਕਮੇਟੀ ਦਾ ਕਹਿੰਦੇ ਵੀ ਕਨਵੀਨਰ ਬਣਾਉਣ ਨੂੰ ਤਿਆਰ ਨਹੀਂ ਉਹ ਉਹਨੂੰ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਬਣਾਉਂਦੀ ਹੈ ਔਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਮੈਨੂੰ ਲੱਗਦਾ ਪਹਿਲੀ ਇਹ ਜੇ ਕੈਂਡੀਡੇਟ ਨੇ ਜਿਹੜੇ ਪਹਿਲੀ ਵਾਰੀ ਲੋਕ ਸਭਾ ਚ ਗਏ ਤੇ ਪਹਿਲੀ ਵਾਰੀ ਹੋਈ ਪ੍ਰਧਾਨ ਮੰਤਰੀ ਬਣ ਗਏ ਉਹ ਤਾਂ ਇਹ ਕਹਿੰਦੇ ਵੀ ਆਈਐਸ ਸਾਨੂੰ ਕਿਹੜਾ ਕਿਉਂ ਹਰ ਜਗ੍ਹਾ ਤੇ ਜਾਣ ਇਹਨੂੰ ਪੁੱਛੋ ਤੁਹਾਡਾ ਪਾਰਲੀਮੈਂਟ ਦਾ ਹੋਇਸੀ ਨਹੀਂ ਤਜਰਬਾ ਸੀ ਫਿਰ ਤੁਸੀਂ ਪ੍ਰਧਾਨ ਮੰਤਰੀ ਕਿਵੇਂ ਬਣ ਗਏ ਇਹ ਤਾਂ ਜਦੋਂ ਦਾ ਕੁਐਸਚਨ ਹੀ ਹੈ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਸਾਡੇ ਦੋਰੇ ਮਾਪਦੰਡ ਨੇ ਬਿਲਕੁਲ 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 ਉਹ ਦੋਰੇ ਮਾਪਦੰਡ ਕੀ ਨੇ 2013 ਚ ਕਿਹਾ ਕਰਨ ਇਹ ਰੁਪਿਆ ਕਿੰਨਾ ਨੀਚੇ ਜਾਏਗਾ ਐਸੇ ਡਾਟ ਹੱਡਾ ਕੇ ਦਿਖਾ ਰਹੇ ਨੇ ਇਹ ਪਟਰੋਲ ਐਸੇ ਉੱਪਰ ਜਾ ਰਿਹਾ ਹੈ ਹੁਣ ਜੇ ਮੈਂ ਤੁਹਾਨੂੰ ਦੱਸਾਂ ਵੀ 2014 ਚ ਕਰੂਡ ਦਾ ਜਿਹੜਾ ਭਾਅ ਸੀ ਉਹ 148 ਡਾਲਰ ਤੱਕ ਵੀ ਚੜਿਆ ਗਿਆ ਸੀ ਐਵਰੇਜ ਭਾਅ 110 ਡਾਲਰ ਰਿਹਾ ਜਿਹੜਾ ਹੁਣ 66 ਹੈ ਜੀ ਠੀਕ ਹੋ ਗਿਆ ਉਹ ਤਾਂ 110 ਡਾਲਰ ਹੋਣ ਦੇ ਜਾਨਕਿ ਦੋ ਤਕਰੀਬਨ ਦੁੱਗਣਾ ਭਾਅ ਹੋਣ ਦੇ ਬਾਵਜੂਦ ਪੈਟਰੋਲ ਦਾ ਭਾਅ ਜਿਹੜਾ 75 ਰੁਪਏ ਲੀਟਰ ਤੋਂ ਨਹੀਂ ਵਧਿਆ ਜੀ ਕਿ ਹੁਣ ਅੱਧਾ ਭਾਅ ਹੋ ਕੇ ਵੀ ਕਿਉਂਕਿ ਉਹ ਪੈਸਾ 9 ਰੁਪਏ ਵਾਲਾ ਜਿਹੜਾ 9 ਰੁਪਏ ਡਿਊਟੀ ਸੀ ਉਹ ਜੇ ਤਿੱਕੀ ਰਹਿ ਕੇ ਆਪੀ ਵਰ ਨਹੀਂ ਹੈ ਆਪੇ ਕਰਕੇ ਸਾਨੂੰ ਜਦ ਅਸੀਂ ਇਹੋ ਜੇ ਦੋਰੇ ਮਾਪਦੰਡ ਕਿਸੇ ਵੀ ਗਲਤੀ ਕਰਦੇ ਆ ਹੁਣ ਹੀ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲਦਾ ਸੀ ਉਹਦੇ ਵਿੱਚ ਬੀਬਾ ਹਰਸਿਮਰਤ ਕੌਰ ਨੇ ਉੱਥੇ ਇੱਕ ਲੈਟਰ ਪੜ੍ਹ ਕੇ ਸੁਣਾਇਆ ਹੂੰ ਉਹ ਡਾਇਰੈਕਟਰ ਸੀਗਾ ਜਿਹੜਾ ਉਹ મોદી ਸਾਹਿਬ ਚੇਅਰਮੈਨ ਸੀ ਕਮੇਟੀ ਦੇ ਜਾਂ ਦੇ ਸੀਐਮ ਸੀਗੇ ਗੁਜਰਾਤ ਦੇ ਤੇ મોદી ਸਾਹਿਬ ਨੇ ਉਹਦੇ ਵਿੱਚ ਲਿਖਿਆ ਵੀ ਐਮਐਸਪੀ ਤਾਂ ਅਨਸ਼ੋਰ ਕਰਨੀ ਜ਼ਰੂਰੀ ਹੈ ਹੂੰ ਇਹ ਲਿਖਿਆ ਤੇ ਹੁਣ ਉਹ ਉਹੀ ਐਮਐਸਪੀ ਕਹਿੰਦੇ ਨਹੀਂ ਲਾਗੂ ਕਰਨੀ ਬਿਲਕੁਲ ਦੋਰਾ ਮਾਫ ਕਰਨੀ ਕੀ ਰਹਿ ਨਹੀਂ ਸੋ ਇਸ ਦਾ ਕਹਿਣਾ ਨਾ ਜਿਹੜਾ ਸਾਡਾ ਦੱਸ ਇੱਕ ਹੋਰ ਗੱਲ ਇਹ ਦੱਸਿਓ ਹੁਣ ਜਦੋਂ ਜਵਾਬ ਸਰਕਾਰ ਤੋਂ ਇਹ ਮੰਗਿਆ ਜਾਂਦਾ ਹੈ ਕਿ ਤੇਲ ਦੀਆਂ ਕੀਮਤਾਂ ਇੰਨਾ ਮਹਿੰਗਾ ਤੇਲ ਕਿਉਂ ਹੋ ਰਿਹਾ ਤਾਂ ਇਹ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਦਾ ਜਿਹੜਾ ਖਾਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਪਿਛਲੀਆਂ ਸਰਕਾਰਾਂ ਜੇ ਪਹਿਲਾਂ ਕਾਂਗਰਸ ਦੀ ਰਹੀ ਹੈ ਤਾਂ ਉਸ ਤੋਂ ਪਹਿਲਾਂ ਇਹਨਾਂ ਦਾ ਵੀ ਰਾਜ ਰਿਹਾ ਕਿਹੜੀਆਂ ਇਹੋ ਜਿਹੀਆਂ ਖਾਮੀਆਂ ਰਹੀਆਂ ਪਹਿਲਾਂ ਜਿਹੜੀਆਂ ਹੁਣ ਗਣਾਈ ਜਾਂਦੇ ਨੇ ਦੇਖੋ ਮੋਦੀ ਸਾਹਿਬ ਦਾ ਮੈਂ ਵੈਸੇ ਕਹਾ ਐਡੇ ਵੱਡੇ ਲੀਡਰ ਜਦੋਂ ਇਦਾਂ ਦੀਆਂ ਗੱਲਾਂ ਕਰ ਲਾਂਗੇ ਜਾਣੇ ਬੜੀਆਂ ਨਾ ਗੱਲਾਂ ਛੋਟੀਆਂ ਨੇ ਵੈਸੇ ਕੀ ਨਿਉ ਕਰ ਰਹੇ ਨੇ ਬਿਲਕੁਲ ਉਹਨਾਂ ਦਾ ਮੋਦੀ ਸਾਹਿਬ ਦਾ ਹੁਣ ਕੀ ਕਰ ਸਕਦਾ ਮੋਦੀ ਸਾਹਿਬ ਤਾਂ ਕਹਿੰਦੇ ਕਹਿੰਦੇ 70 ਸਾਲ ਤੱਕ ਕੋਈ ਵਿਕਾਸ ਹੋਇਆ ਨਹੀਂ ਹੁਣ ਮੈਂ ਕਰੂੰਗਾ ਉਹਨਾਂ ਨੂੰ ਪੁੱਛੋ ਵੀ ਜਿਹੜਾ ਤੁਸੀਂ ਆ 1.75 ਲੱਖ ਕਰੋੜ ਦਾ ਐਸਟੀਓ ਦਾ ਸਾਸੇ ਵੇਚਨੇ ਨੇ ਕਹਿੰਨੂ ਕੰਪਨੀਆਂ ਵੇਚਨੇ ਕੰਪਨੀਆਂ ਤੁਸੀਂ ਬਣਾਈਆਂ ਸੀ ਹੋਇਆ ਤਾਂ ਹੈ ਨਹੀਂ ਕੋਈ ਵਿਕਾਸ ਬਿਲਕੁਲ ਬਿਲਕੁਲ ਇਹ ਅੰਗਰੇਜ਼ ਤਾਂ ਛੱਡ ਕੇ ਨਹੀਂ ਗਏ ਸੀ ਕੰਪਨੀਆਂ ਜੇ ਹੋਇਆ ਕੁਝ ਨਹੀਂ ਤੁਸੀਂ ਵੇਚ ਕਿੱਥੋਂ ਰਹੋ ਤੁਸੀਂ ਜਿਹੜਾ ਮੰਦਰਗਾਹਾਂ ਵੇਚਨੇ ਹੋ ਤੁਸੀਂ ਤਾਂ ਕੋਈ ਇੱਕ ਵੀ ਨਹੀਂ ਬਣਾਈ ਤੁਸੀਂ ਹਵਾਈ ਜਹਾਜ਼ ਦੇ ਅੱਡੇ ਵੇਚਨੇ ਹੋ ਤੁਸੀਂ ਤਾਂ ਨਹੀਂ ਬਣਾਇਆ ਕੇ ਇੱਕ ਵੀ ਨਹੀਂ ਬਣਾਇਆ ਤੁਸੀਂ ਬਿਲਕੁਲ ਤੁਸੀਂ ਤੁਸੀਂ ਕੰਨਾ ਵੇਚੀਆਂ ਨੇ ਇਹ ਤੁਸੀਂ ਤਾਂ ਨਹੀਂ ਬਣਾਈਆਂ ਸੀ ਫਿਰ ਜੇ ਉਹ ਪੁਰਾਣੀਆਂ ਸਰਕਾਰਾਂ ਨੇ ਜਿਹਦੇ ਵਿੱਚ ਬਾਜਪਾਈ ਸਾਹਿਬ ਦੀ ਵੀ ਸਰਕਾਰ ਰਹੀ ਹੈ 5-6 ਸਾਲ ਜਿਹਦੇ ਵਿੱਚ ਉਦੋਂ ਪਹਿਲਾਂ ਵੀ ਜਿਹੜੀ ਜਨਤਾ ਸਰਕਾਰ ਵੀ ਰਹੀ ਹੈ ਢੁੱਢਕ ਸਾਲ ਸਾਡਾ ਤਾਂ ਕਾਂਗਰਸ ਬਈ ਉਹਨਾਂ ਸਰਕਾਰਾਂ ਨੇ ਜੇ ਕੁਝ ਵੀ ਨਹੀਂ ਕਰਿਆ ਸੀ ਫਿਰ ਤੁਸੀਂ ਵੇਚ ਕੇ ਕਿਹਨੂੰ ਕਿੱਥੋਂ ਆ ਗਿਆ ਤੁਹਾਡੇ ਕੋਲੇ ਕੋਈ ਵੇਚਦੇ ਹੋ ਇੱਕ ਸਵਾਲ ਹੈ ਨਾ ਵੱਡਾ ਇਹ ਦੋ ਕੇ ਦੂਜਾ ਸਵਾਲ ਹੈ ਦੂਜਾ ਸਵਾਲ ਹੁਣ ਜਿਵੇਂ ਜਿਹੜਾ ਤੁਸੀਂ ਕਿਹਾ ਹੈ ਵੀ ਉਹ ਕਹਿੰਦੇ ਨੇ ਪੁਰਾਣੇ ਕਰਕੇ ਕਿਉਂਕਿ ਹਰ ਇੱਕ ਗੱਲ ਦੇ ਉੱਤੇ ਜਿਵੇਂ ਇੱਥੇ ਪੰਜਾਬ ਸਰਕਾਰ ਇਹੀ ਕਰਦੀ ਹੈ ਪੰਜਾਬ ਸਰਕਾਰ ਦਾ ਵਿੱਤ ਮੰਤਰੀ ਨੂੰ ਜਦ ਕੋਈ ਗੱਲ ਕੋ ਹੁਣ ਬਜਟ ਪੇਸ਼ ਹੋਣਾ ਮਾਰਚ ਦੇ ਵਿੱਚ ਉਹਨੇ ਹਰ ਇੱਕ ਗੱਲ ਤੇ ਕਹਿਣਾ ਵੀ ਦੇਖੋ ਜੀ ਸਾਡਾ ਤਾਂ ਖਜ਼ਾਨਾ ਖਾਲੀ ਸੀ ਉਹਨਾਂ ਨੂੰ ਪੁੱਛੋ ਵੀ ਤੇਰਾ ਲਾਸਟ ਬਜਟ ਹੈ ਜੇ ਤੇਰੇ ਕੋਲ ਅਜੇ ਤੱਕ ਨਹੀਂ ਖਜ਼ਾਨਾ ਖਾਲੀ ਦੀ ਡੱਟ ਲਗਾਉਣੀ ਹੈ ਫਿਰ ਸਰਕਾਰ ਕਰ ਦੇ ਵਾਸਤੇ ਚਲਾਉਣੇ ਫਿਰ ਸਰਕਾਰ ਛੱਡ ਦਿਓ ਇਹ ਤੇ ਮੋਦੀ ਸਾਹਿਬ ਦਾ ਵੀ ਜੇ ਪਹਿਲਿਆਂ ਨੇ ਹਰ ਇੱਕ ਗੱਲ ਦੇ ਉੱਤੇ ਪਹਿਲਿਆਂ ਨੇ ਅੱਜ ਤੱਕ ਦਾ ਪਹਿਲਿਆਂ ਨੇ ਕਿਹਾ ਨਹੀਂ ਇਹ ਨੇ ਹੁਣ ਕਿਉਂ ਕਹਤਾ ਕਿਉਂਕਿ ਹੁਣ 100 ਤੇ ਪਹੁੰਚ ਗਿਆ ਸੋ ਜੇ ਫਾਈਮਿਆਂ ਦੀਆਂ ਇਹ 10 ਦਿਨ ਵੀ ਪੰਨੇ ਨੇ ਕੀ ਗਲਤੀਆਂ ਸੀਗੀਆਂ ਇਹ ਕਹਿੰਦੇ ਜੀ ਰਿਫਾਇਨਰੀ ਆ ਫਲਾਣਾ ਪ੍ਰਬੰਧ ਨਹੀਂ ਕਰਿਆ ਇਹ 10 ਦਿਨ ਵੀ ਇਹਨਾਂ ਨੇ ਕਿਹੜਾ ਪ੍ਰਬੰਧ ਕਰਿਆ ਦੂਜੀ ਗੱਲ ਉਹ ਪ੍ਰਬੰਧ ਕਰਨ ਦੀ ਜੇ ਜਿਹੜਾ ਪ੍ਰਬੰਧ ਹੈਗਾ ਉਹਨੂੰ ਤਾਂ ਵੇਚ ਰਹੇ ਨੇ ਮੰਨ ਲਓ ਜੇ ਉਹਨਾਂ ਨੇ ਕਰਿਆ ਆ ਇੰਡੀਅਨ ਵਾਲੇ ਵੇਚ ਰਹੇ ਨੇ ਇਹ ਸਾਰੀਆਂ ਜਿਹੜੀਆਂ ਸਰਕਾਰੀ ਕੰਪਨੀਆਂ ਨੇ ਮੰਨੀ ਡੰਨ ਨੂੰ ਵੇਚ ਰਹੇ ਨੇ ਬਿਲਕੁਲ ਪ੍ਰਬੰਧ ਨਹੀਂ ਸੀ ਜਿਹੜੀਆਂ ਰਾਈਨਰੀਆਂ ਲੱਗੀਆਂ ਨੇ ਕੋਈ ਪ੍ਰਬੰਧ ਨਹੀਂ ਸੀ ਜੇ ਤੇਲ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਰੈ ਨਾਲ ਇਹ ਤਾਂ ਕਹਿੰਦੇ ਇਹ ਵੀ ਉਹਨਾਂ ਨੇ ਪ੍ਰਬੰਧ ਨਹੀਂ ਕਰਿਆ ਜਿਹੜਾ ਬਾਜ਼ਾਰ ਚੋਂ ਤੇਲ ਲੈ ਕੇ ਕਰੂਡ ਉਹਦੇ ਨਾਲ ਇਹਨਾਂ ਦਾ ਕੋਈ ਫੋਰਨ ਐਕਸਚੇਂਜ ਡਿਸਟਰਬ ਹੋਇਆ ਹੁੰਦਾ ਜੀ ਕੀ ਇਹਨਾਂ ਦੇ ਭਾ ਜਿਹੜੇ ਇਹਨਾਂ ਦਾ ਪੈਸਾ ਖਮਾਰ ਰਹੇ ਨੇ ਇਹ ਤਾਂ ਜਿਹੜਾ ਤੇਲ ਮਹਿੰਗਾ ਹੋ ਰਿਹਾ ਉਹ ਇਸ ਕਰਕੇ ਥੋੜਾ ਮਹਿੰਗਾ ਹੋ ਗਿਆ ਬਾਜ਼ਾਰ ਤਾਂ ਆ ਜਦ ਇੰਟਰਨੈਸ਼ਨਲ ਮਾਰਕੀਟ ਤਾਂ ਕਰੋਨਾ ਦੇ ਵਿੱਚ ਮੈਂ ਉੱਥੇ ਸ਼ਾਇਦ ਤੁਹਾਨੂੰ ਪਤਾ ਜਾਂ ਨਹੀਂ ਪਤਾ ਮੈਂ ਉੱਥੇ ਖੜਿਆ ਹੋਇਆ ਸੀ ਅਮਰੀਕਾ ਦੇ ਤੁਸੀਂ ਅਮਰੀਕਾ ਸੀ ਕਿ ਪਤਾ ਮੈਨੂੰ ਇਹਨਾਂ ਨੇ ਰਾਤੋ ਰਾਤ ਹੀ ਲਾਤਾ ਸੀ ਹੈ ਤੇ ਉੱਥੇ ਨੈਗੇਟਿਵ ਜਾ ਰਿਹਾ ਸੀ ਤੇਲ ਚੱਕ ਨਹੀਂ ਰਿਹਾ ਸੀ ਉਹਨਾਂ ਨੂੰ ਸਟੋਰ ਕਰਨ ਦਾ ਔਖਾ ਹੋ ਰਿਹਾ ਸੀ ਹੂੰ ਜੇ ਨੈਗੇਟਿਵ ਉਦੋਂ ਵੀ ਸਾਡੇ ਦਾ ਭਾਣੀ ਕਟਿਆ ਉਦੋਂ ਵੀ 70 75 ਹੀ ਰਿਹਾ ਸੋ ਇਹ ਜਿਹੜਾ ਕਹਿਣਾ ਹੈ ਵੀ ਜਦ ਤੁਸੀਂ ਇੱਕ ਪਾਸੇ ਨਾਲ ਤਾਂ ਪੈਸੇ ਕਮਾਈ ਜਾਓ ਉਸ ਤੋਂ ਬਾਹਰ ਨਾਲ ਦੂਜੇ ਦੇ ਡੋਮੇ ਲਾਈ ਜਾਓ ਆਮ ਲੋਕਾਂ ਨੂੰ ਪਤਾ ਹੀ ਨਹੀਂ ਵੀ ਰੇਟ ਕਿਵੇਂ ਆਏ ਵਧਦੇ ਨੇ ਇਹ ਕੀ ਕਰਦੇ ਨੇ ਇਹਨਾਂ ਦੇ ਅਰਥ ਸ਼ਾਸਤਰੀ ਮੈਂ ਤੁਹਾਨੂੰ ਦ ਮੈਂ ਹੁਣੇ ਕਿਤੇ ਕਈ ਦਿਨ ਹੋ ਗਏ ਪਹਿਲਾਂ ਕਿਸੇ ਦਾ ਸੁਣ ਰਿਹਾ ਸੀ ਉਹ ਕਹੇ ਇਹ ਮੈਂ ਮੇਰੀ ਸਲਾਹ ਸੀ ਅੱਜ ਤੁਸੀਂ ਬਹੁਤ ਸੋਹਣਾ ਇਹ ਪ੍ਰੋਗਰਾਮ ਕਰ ਲਿਆ ਮੇਰੀ ਸਲਾਹ ਸੀ ਤੁਹਾਨੂੰ ਵੀ ਕਹਿੰਦੀ ਮੇਰੀ ਸਲਾਹ ਤੇ ਇਹ ਆਰਟੀਕਲ ਲਿਖਾ ਬੀ ਗੁਕਾ ਨੂੰ ਪਤਾ ਲੱਗ ਜੇ ਪੜ ਕੇ ਵੀ ਭਾਈ ਇਹ ਤੇਲ ਕਿਵੇਂ ਕੈਲਕੂਲੇਟ ਕਰਦੇ ਨੇ ਮੈਂ ਇਹਦੀ ਸਟੱਡੀ ਸਟੱਡੀ ਕਰਦੇ ਹੀ ਰਹਿਣਾ ਪਹਿਲਾਂ ਵੀ ਕਰਦੇ ਰਹਿਣਾ ਪਹਿਲਾਂ ਡਿਸਕਸ਼ਨ ਬਹੁਤ ਸਾਰੀਆਂ ਹੁੰਦੀਆਂ ਨੇ ਕਿਉਂਕਿ 2 ਸਾਲ ਪਹਿਲਾਂ ਵੀ ਬੜਾ ਰੌਲਾ ਪਿਆ ਸੀ ਪੈਟਰੋਲ ਦਾ ਜੀ 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 ਬਿਲਕੁਲ ਇਹ ਮੇਰੇ ਕੋਲ ਸਾਰਾ ਲਾਇਆ ਹੋਇਆ ਵੀ ਪੂਰੇ ਮੇਰੇ ਕੋਲ 50 ਸਾਲ ਦਾ ਡਾਟਾ ਹੈ ਕਿ ਮਾਰਕੀਟ ਕਿਵੇਂ ਰ ਉਦੇ ਵਿੱਚੋਂ ਮੈਂ ਇਹ ਦੇਖ ਰਿਹਾ ਸੀ ਵੀ ਉਹਨੇ ਲਿਖਿਆ ਵੀ ਪٹرول ਮਹਿੰਗਾ ਕਿਉਂ ਹੋ ਰਿਹਾ ਹੈ ਪਹਿਲਾ ਕਾਰਨ ਉਹਨੇ ਦੱਸਿਆ ਕਹਿੰਦਾ ਇੰਟਰਨੈਸ਼ਨਲ ਮਾਰਕੀਟ ਦੀ ਪ੍ਰਾਈਸ ਵਧ ਰਹੀ ਹੈ ਜੀ ਤਾਂ ਮਹਿੰਗਾ ਹੋ ਰਿਹਾ ਹੈ ਜੀ ਜੇ ਆ ਦੋਨੋਂ ਕਹੋ ਵੀ 2014 ਚ 110 120 130 140 ਏ ਹੈ ਯੂ ਐਸ ਡਾਲਰ ਤੱਕ ਪਹੁੰਚ ਗਈ ਸੀ ਬੈਰਲ ਦੀ ਕੀਮਤ ਉਦੋਂ ਤਾਂ ਸਸਤਾ ਸੀ ਬਿਲਕੁਲ ਕੋਈ ਜਵਾਬ ਨਹੀਂ ਹੁੰਦਾ ਜੇ ਇੰਟਰਨੈਸ਼ਨਲ ਮਾਰਕੀਟ ਦਾ ਸਵਾਲ ਹੈ ਰੁਪਏ ਦੀ ਕੀਮਤ ਉਦੋਂ ਵੀ 70 ਦੇ ਆਲੇ ਦੁਆਲੇ ਘੁੰਮ ਰਹੀ ਸੀ ਔਰ 272.55 ਪੈਸੇ ਅੱਜ ਬਿਲਕੁਲ ਜੇ ਆਪਾਂ ਇਹ ਦੇਖੀਏ ਹੁਣ ਵਲਕੇ ਇੱਥੇ ਫਿਰ ਮਹਿੰਗਾ ਕਿਉਂ ਹੋ ਰਿਹਾ ਜੇ ਉਹਦੇ ਨਾਲ ਦੂਜੇ ਕਹਿੰਦੇ ਜੀ ਕਾਰਾਂ ਬੜੀਆਂ ਜ਼ਿਆਦਾ ਨੇ ਖਪਤ ਜ਼ਿਆਦਾ ਹੈ ਫਲਾਣਾ ਖਪਤ ਕਰਕੇ ਮਹਿੰਗੇ ਨਾਲ ਕੀ ਸਬੰਧ ਹੈ ਖਪਤ ਕਰਕੇ ਮਹਿੰਗਾ ਤਾਂ ਤਾਂ ਹੋਵੇ ਜੇ ਤੁਹਾਨੂੰ ਜਿੰਨਾ ਖਰੀਦਣਾ ਪਵੇ ਉਹਦਾ ਰੇਟ ਵੱਧਦਾ ਏ ਨਾ ਉਹ ਕਹਿੰਦੇ ਤੁਸੀਂ ਜ਼ਿਆਦਾ ਖਰੀਦਿਓ ਤੁਹਾਨੂੰ ਤਾਂ ਅਸੀਂ ਵੱਧ ਪੈਸਾਂ ਚ ਵੇਚਣਾ ਖਪਤ ਨਾਲ ਮੈਨੂੰ ਕੋਈ ਬੰਦਾ ਦੱਸੇ ਖਪਤ ਦੇ ਨਾਲ ਹਮ ਜਿਹੜਾ ਹੈ ਜੀ ਜੇ ਜ਼ਿਆਦਾ ਖਪਤ ਹੋ ਗਈ ਤਾਂ ਉਹਦੇ ਨਾਲ ਜਿਹੜਾ ਅੱਜ ਇਹ ਸਰਕਾਰ ਦਾ ਜੀ ਇੱਕ ਬੰਦਾ ਹੀ ਕਰਤਸ਼ਾਸਤੀ ਸਾਫਤ ਕਰਦੇ ਵੀ ਕਿਉਂਕਿ ਜੀ ਖਪਤ ਵਧੀਆ ਇਸ ਕਰਕੇ ਰੇਟ ਵਧ ਗਿਆ। ਬਿਲਕੁਲ ਫਿਰ ਰੇਟ ਘਟਣਾ ਚਾਹੀਦਾ ਸਗੋ। ਹਲਕੇ ਖਪਤ ਵਧਨ ਕਰਕੇ ਤਾਂ ਘਟਣਾ ਚਾਹੀਦਾ ਰੇਟ ਵੀ ਥੋੜਾ ਟੈਕਸ ਜਿਆਦਾ ਹੋਣ ਲੱਗ ਗਿਆ। ਬਿਲਕੁਲ ਜਿਹੋ ਉਹ ਟੈਕਸ ਹੁਣੇ ਕਿਉਂ ਕਰਦੇ ਨੇ? ਇਹ ਮੈਂ ਉਸੇ ਰੋਡ ਨਾਲ ਹੀ ਜੁੜੀ ਹੋਈ ਗੱਲ ਦੱਸਦਾ ਇਹ ਠੱਗੀ ਮਾਰਦੇ ਨੇ। ਇਹਨਾ ਬਹੁਤ ਔਖਾ ਹੈ। ਆ ਟੋਲ ਵਾਲਿਆਂ ਨਾਲ ਇਥੇ ਸੌਦਾ ਕਰ ਲੈਂਦੇ ਨੇ। ਤੁਸੀਂ ਦੇਖੋ ਹਰ ਸਾਲ ਵਾਹਨਾਂ ਦੀ ਗਿਣਤੀ ਤਾਂ ਵੱਧਦੀ ਹੈ। ਟੋਲ ਵੀ ਵਧਾਈ ਜਾਂਦੇ ਨੇ। ਉਨਰੋਂ ਕੁਝ ਜੋ ਜਿੱਦੇ ਨਵੀਂ ਸੜਕ ਬਣਾਈ ਹੈ ਉਦੇ ਜਿੰਨੀ ਟੌਰ ਰੱਖਿਆ ਉਸ ਤੋਂ ਬਾਅਦ ਉਹ ਘਟਣੀ ਚਾਹੀਦੀ ਹੈ ਕਿਉਂਕਿ ਇਹ ਤਾਂ ਸੜਕ ਬਣਾਈ ਹੋਗੀ ਮਾੜੀ ਮੋਟੀ ਦੀ ਰਿਪੇਅਰ ਹੀ ਕਰਨੀ ਹੈ ਦੂਜੀ ਵੱਲ ਵਹੀਕਲ ਦੀ ਗਿਣਤੀ ਤਾਂ ਬੜੀ ਤੇਜ਼ੀ ਨਾਲ ਵਧ ਰਹੀ ਹੈ ਬਿਲਕੁਲ ਜਿੰਨੇ ਪੈਸੇ ਤੁਸੀਂ ਅੱਜ ਇਕੱਠੇ ਕਰਦੇ ਹੋ 6 ਮਹੀਨਾਵਾਂ ਤੱਕ ਉਦੋਂ ਡੂਣਗਣਾ ਵੇਸੀ ਹੋ ਜਾਣੇ ਨੇ ਤੁਸੀਂ ਫਿਰ ਰੇਟ ਵਧਾ ਰਹੇ ਹੋ ਉਹਦੇ ਜੋ ਇਹ ਪਤਾ ਲੱਗਦਾ ਹੈ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਪਹਿਲਾਂ ਤਾਂ ਕਹਿੰਦੇ ਲੋਕਾਂ ਨੂੰ ਪੜਨੇ ਇਹ ਜਿਹੜੇ ਪੜੇ ਲਿਖਿਆ ਨੂੰ ਜਹਾਜਾ ਤੁਸੀਂ ਆਧਾਰਨ ਦਿੱਤੀ ਹੈ ਜਦ ਬੜੇ ਵਿਸ਼ਿਆ ਨੂੰ ਤੁਸੀਂ ਅੰਨਾ ਬਣਾਤਾ ਹੈਂ ਜੀ ਅੰਧੀ ਰੀਤ ਗਿਆਨ ਵੀ ਹੋ ਬਿਲਕੁਲ ਤੇ ਹਰ ਪਾਸੇ ਜਿਹੜੀ ਡਾਕਟਰ ਸਾਹਿਬ ਇੱਕ ਮਾੜੀ ਨਜ਼ਰ ਮਾੜੀ ਅੱਖ ਲਾ ਲਈਏ ਕਿ ਮਾੜੀ ਮਨਸ਼ਾ ਦੇ ਨਾਲ ਹਰ ਇੱਕ ਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜੇ ਆਪਾਂ ਚਲੋ ਪੈਟਰੋਲ ਡੀਜ਼ਲ ਦੀ ਮਹਿੰਗਾਈ ਉਧਰ ਆਪਾਂ ਗੈਸ ਵੱਲ ਦੇਖ ਲਈਏ ਕਿ ਉਧਰ ਵੀ ਕੀਮਤਾਂ ਵਧਦੀਆਂ ਜਾ ਰਹੀਆਂ ਆਮ ਬੰਦੇ ਦਾ ਨਚੋੜ ਕੱਢਿਆ ਹੋਇਆ ਇਹਨਾਂ ਨੇ ਜੇ ਆ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਇਹਦੇ ਵਿੱਚ ਵੀ ਇਹੀ ਕੁਝ ਆ ਕਿ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਉਹ ਸਾਨੂੰ ਕਿਹੜੇ ਮੁੱਲ ਦੇਣਗੇ ਉਹ ਫਿਰ ਬਾਅਦ ਵਿੱਚ ਪਤਾ ਲੱਗੇਗਾ ਜਿਵੇਂ ਇੱਕ ਹੋਰ ਤਰਕ ਡਾਕਟਰ ਸਾਹਿਬ ਮੈਨੂੰ ਇੱਥੇ ਚੇਤੇ ਆਇਆ ਇੱਕ ਹੋਰ ਵਿਸ਼ਲੇਸ਼ਣ ਜਿਹੜੇ ਨੇ ਉਹ ਵੀ ਜਿਵੇਂ ਕਹਿ ਲਓ ਕਿ ਤਰਸਯੋਗ ਦਿਮਾਗੀ ਹਾਲਤ ਜਿਹੜੀ ਆ ਉਹ ਇਹ ਕਹਿੰਦੀ ਆ ਕਿ ਜੀ ਪਿਛਲੇ ਕੁਝ ਸਾਲ ਪੁਰਾਣੀਆਂ ਗੱਲਾਂ ਨੇ ਕਿ ਜਦੋਂ ਫੋਨ ਦੇ ਵਿੱਚ ਡਾਟਾ ਜਿਹੜਾ ਆ ਉਹ 2-250 ਰੁਪਏ ਨੂੰ ਮਿਲਦਾ ਸੀਗਾ 1GB ਦੇ ਕਰੀਬ ਜਾਂ 2GB ਜਾਂ ਜਿੰਨਾ ਵੀ ਤੇ ਅੱਜ ਕੱਲ੍ਹ ਕਹਿੰਦੇ ਉਹ 40-50 ਰੁਪਏ ਦੇ ਵਿੱਚ 1GB ਮਿਲ ਜਾਂਦਾ ਹੈ ਪਰ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਉਸ ਡਾਟੇ ਦੇ ਨਾਲ ਕੋਈ ਮੋਟਰਸਾਈਕਲ ਗੱਡੀਆਂ ਨਹੀਂ ਚੱਲ ਸਕਦੀਆਂ ਰੇਟ ਨੂੰ ਉਸ ਚੀਜ਼ ਨੂੰ ਸਮਝਣਾ ਪੈਣਾ ਨਹੀਂ ਨਹੀਂ ਮੈਂ ਇਸ ਨੂੰ ਤੁਹਾਨੂੰ ਨਾ ਨਾ ਢਿੱਡ ਭਰਨਾ ਗੱਲ ਤੁਹਾਡੀ ਠੀਕ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਕਹਿੰਦੇ ਪੜਿਆ ਮੂਰਖ ਆਖੀਏ ਜਿਸ ਦਬ ਲੋ ਹੰਕਾਰਾ ਬਿਲਕੁਲ ਇਹਨੂੰ ਹੰਕਾਰ ਹੈ ਵੀ ਮੈਂ ਬਹੁਤ ਸਿਆਣਾ ਕਿ ਉਹਦੇ ਆਲੇ ਉਹਨੂੰ ਉਹਨੂੰ ਗੁਰਬਾਣੀ ਨੇ ਸਾਨੂੰ ਦੱਸਿਆ ਵੀ ਉਹ ਸਿਆਣਾ ਨਹੀਂ ਹੁੰਦਾ ਅਸਲ ਚ ਦੂਜਾ ਇੱਕ ਗੱਲ ਹੋਰ ਹੈ ਬੜਾ ਖਰੀ ਬੁੱਝੀਏ ਮੂਰਖ ਨਾਲ ਨਾਲ ਦੁੱਝੀਏ ਦੁੱਝੀਏ ਇਹ ਗੁਰਵਾਨੀ ਦੇ ਵਿੱਚ ਹੈ ਵੀ ਜਿਹੜਾ ਬੰਦਾ ਇੰਨੀ ਅੱਖਾਂ ਬੰਦ ਕਰੀ ਬੈਠਾ ਹੈ ਉਹਦੇ ਨਾਲ ਤਾਂ ਵੈਸ ਕਰਨਾ ਕੋਈ ਫਾਇਦਾ ਨਹੀਂ ਕਿਉਂਕਿ ਉਹਨੇ ਗੱਲ ਹੀ ਨਹੀਂ ਸੁਣੀ ਮੇਰੇ ਕੋਲ ਕਈ ਵਾਰੀ ਇਹੋ ਜਿਹੇ ਬੰਦਿਆਂ ਦੇ ਫੋਨ ਆਉਂਦੇ ਨੇ ਜੇ ਉਹ ਕਹਿੰਦੇ ਮੈਂ ਵੀ ਮੈਂ ਉਹਨੂੰ ਪੁੱਛਦਾ ਵੀ ਸਰਕਾਰ ਦਾ ਸਾਰਾ ਹੀ ਡਾਟਾ ਗਲਤ ਹੈ ਉਹ ਕਹਿੰਦਾ ਹਾਂਜੀ ਸਰਕਾਰ ਦਾ ਸਾਰਾ ਕੁਝ ਹੀ ਝੂਠ ਬੋਲਦੀ ਹੈ ਮੈਂ ਕਿਹਾ ਫੇਰ ਕੋਈ ਨਾ ਹੀ ਗੱਲ ਕਰੀਏ ਚਾਹੇ ਉਹ ਸਰਕਾਰ ਮੋਦੀ ਸਰਕਾਰ ਨਹੀਂ ਕਿਉਂ ਨਾ ਹੋਵੇ ਬਿਲਕੁਲ ਇਹ ਨਹੀਂ ਹੋ ਸਕਦਾ ਵੀ ਸਰਕਾਰ ਸਭ ਕੁਝ ਹੀ ਝੂਠ ਬੋਲਦੀ ਹੈ ਸਰਕਾਰ ਦੇ ਸਾਰੇ ਕਾਗਜ਼ ਝੂਠੇ ਬਿਲਕੁਲ ਉਹ ਚ ਗੱਲਾਂ ਸਾਨੂੰ ਦੇਖਣੀਆਂ ਪੈਂਦੀਆਂ ਨੇ ਜੀ ਜੀ ਬਿਲਕੁਲ ਇਹ ਠੀਕ ਹੈ ਕੋਈ ਜਿਆਦਾ ਝੂਠ ਬੋਲਦਾ ਕੋਈ ਜਿਆਦਾ ਸੱਚ ਬੋਲਦਾ ਕੋਈ ਜਿਆਦਾ ਗਲਤੀ ਕਰਦਾ ਕੋਈ ਘੱਟ ਕਰ ਮੀ ਨਾ ਕਹਿੰਦੇ ਸਾਰੇ ਦਾ ਸਾਰੇ ਝੂਠ ਹੈ ਮੰਨੇ ਨੂੰ ਯਾਰ ਹੀ ਨਹੀਂ ਉਹਨਾਂ ਫੇਸ ਕਾਦੀ ਲਗੀ ਫਿਰ ਬਹਿਸ ਤਾਂ ਹੋਈ ਹੁੰਦੀ ਆ ਨਾ ਜਿਵੇਂ ਹੁਣ ਇੱਥੇ ਜਿਹੜਾ ਪ੍ਰਾਈਮ ਮਿਨਿਸਟਰ ਕਹੀ ਜਾਂਦੇ ਵੀ ਕਾਨੂੰਨ ਤਾਂ ਵਾਪਸ ਹੋਣੇ ਨਹੀਂ ਫਿਰ ਬਹਿਸ ਕਾਦੀ ਕਰਨੀ ਆ ਤੁਸੀਂ ਬਿਲਕੁਲ ਸੋ ਇੱਥੇ ਕੀ ਆ ਰਿਹਾ ਸਾਡੇ ਸਮੱਸਿਆ ਕਿੱਥੇ ਆ ਗਈ ਸਾਡੀ ਸਮੱਸਿਆ ਇਹ ਆ ਗਈ ਹੈ ਜਿਹੜੀ ਸਾਡੀ ਪਿਛਲੇ ਸਮੇਂ ਦੇ ਵਿੱਚ ਰਾਜਨੀਤੀ ਜਿੱਥੇ ਆਪਾਂ ਗੱਲ ਕਰ ਰਹੇ ਸੀ ਉਹ ਵਿੱਚੋਂ ਬੰਦ ਹੋ ਗਈ ਸੀ ਜੀ ਜੀ ਸਾਡਾ ਰਾਜਨੀਤੀਵਾਣ ਜਿਹੜਾ ਰਾਜਨੀਤਿਕ ਨੇਤਾ ਹੈ ਉਹ ਬਾਈ ਹੁੱਕ ਔਰ ਬਾਈ ਕਰੁੱਕ ਉਹ ਕਹਿੰਦਾ ਮੈਂ ਤਾਕਤ ਚਾਹਾਂ ਔਰ ਜਿਹੜੀਆਂ ਚੰਗੀਆਂ ਪਾਰਟੀਆਂ ਕੋਲ ਵੀ ਕਹਿੰਦੇ ਵੀ ਦੇਖੋ ਜੀ ਤਾਕਤ ਤੋਂ ਬਿਨਾਂ ਤਾਂ ਕੁਝ ਹੋਣਾ ਨਹੀਂ ਬਿਲਕੁਲ ਜਿਹੜਾ ਕੁਝ ਉਹ ਕਰ ਸਕਦੇ ਨੇ ਜਿਵੇਂ اپੋਜੀਸ਼ਨ ਜੇ ਐਮਐਲਏ ਨੇ ਜਾਂ ਐਮਪੀ ਨੇ ਉਹ ਵੀ ਬਹੁਤ ਕੁਝ ਕਰ ਸਕਦੇ ਨੇ ਜੋ ਨਹੀਂ ਕਰਦੇ ਤਾਂ ਫਿਰ ਆਪਾਂ ਕੀ ਆਪਾਂ ਕੀ ਕਹਿ ਸਕਦੇ ਅਤੌਹ ਦੇ ਉੱਤੇ ਵਾਲੇ ਐਮਪੀ ਸਾਹਿਬ ਸੀਗੇ ਬੜੇ ਚੰਗੇ ਸੀਗੇ ਪਰ ਇਹਨਾਂ ਨੇ ਵੀ ਕੋਈ ਨਹੀਂ ਕਿਹਾ ਵੀ ਗ੍ਰਾਮ ਸਭਾ ਬੰਦੇ ਰਾਹੀਂ ਭਾਈ ਪੈਸੇ ਵਾਂਗੂ 5 ਕਰੋੜ ਰੁਪਈਆ ਹਰ ਸਾਲ ਦੇ ਵੰਡੀ ਰਹੇ ਨੇ ਨਾ 80 ਕਰੋੜ ਰੁਪਈਆ ਨਾ ਨੇ ਅਬ ਦੀ ਟੈਂਨਰ ਚ ਵੰਡੇਆ ਪਰ ਕੀ ਉਹ ਡੈਮੋਕਰੇਟਿਕਲੀ ਵੰਡੇਆ ਗਿਆ ਕੀ ਲੋਕਾਂ ਚ ਡੈਮੋਕ੍ਰੇਸੀ ਉਹਦੇ ਨਾਲ ਤੱਕਰੀ ਕਰੀ ਗਈ ਇੱਕ ਤਰੀਕਾ ਤੁਸੀਂ ਕਹੋ ਭਾਈ ਜਿੰਨੀ ਤੁਹਾਨੂੰ ਡੋੜਾ ਦੇਖੋ ਇਕੱਠ ਕਰਕੇ ਆਪਦਾ ਬਿਲਕੁਲ ਮੈਂ ਵੀ ਆਵਾਂਗਾ ਕਈ ਜਗ੍ਹਾ ਤੇ ਦੇਖਾਂਗਾ ਤੁਸੀਂ ਇਕੱਠ ਕਰਕੇ ਫੈਸਲਾ ਕਰਿਆ ਕਿ ਕੱਲੇ ਸਰਪੰਚ ਨੇ ਕਰ ਲਿਆ ਜਾਂ ਕੱਲੀ ਪੰਚਾਇਤ ਨੇ ਕਰ ਲਿਆ ਇਹ ਇਹ ਕਹਿੰਦਾ ਤੁਹਾਨੂੰ ਕੋ ਰੋਕ ਹੀ ਨਹੀਂ ਬਲਕੇ ਇਹ ਤਾਂ ਸੰਵਿਧਾਨਕ ਤਰੀਕਾ ਹੈ ਪਰ ਤੁਸੀਂ ਉਹ ਨਹੀਂ ਵਰਤਦੇ ਸੋ ਜਿਹੜੇ ਚੰਗੇ ਪੋਲੀਟੀਸ਼ਨ ਵੀ ਨੇ ਉਹ ਵੀ ਸੰਵਿਧਾਨਕ ਤਰੀਕੇ ਨਹੀਂ ਜੇ ਵਰਤਦੇ ਲੋਕਾਂ ਦਾ ਸਸ਼ਕਤੀਕਰਨ ਲੋਕਾਂ ਦੀ ਪੁਗਤ ਨਹੀਂ ਬਣਾਉਣ ਨੂੰ ਤਿਆਰ ਫਿਰ ਜਿਹੜੇ ਚੰਗੇ ਨਹੀਂ ਹੈਗੇ ਉਹਨਾਂ ਦਾ ਤਾਂ ਪਾਪੀ ਹਿਸਾਬ ਲਾ ਸਕਦੇ ਕੋਈ ਨਾ ਮਾਈ ਤੁਹਾਨੂੰ ਕਾਰਵਾਈ ਰੁਕਾਉਣਾ ਚਾਹੁੰਦੇ ਨਹੀਂ ਸਾਡੀ ਜੀ ਸਮੱਸਿਆ ਆ ਗਈ ਸੁਖਵਿੰਦਰ ਜੀ ਸਾਡੀ ਸਮੱਸਿਆ ਇਹ ਆ ਗਈ ਹੈ ਕਿ ਪੈਟਰੋਲ ਡੀਜ਼ਲ ਤੇ ਗੈਸ ਇਹ ਤਿੰਨੇ ਜੁੜੇ ਹੋਏ ਨੇ ਜਿੰਨਾਂ ਦਾ ਕੋਈ ਫਿਊਲ ਹੈ ਆਪਾਂ ਤਾਂ ਫਿਊਲ ਦੇ ਪਾ ਦੇਖਣੇ ਜਿਹੜੇ ਇੰਪੋਰਟ ਹੁੰਦੇ ਨੇ ਉਹ ਹੁੰਦੀਆਂ ਨਹੀਂ ਚੀਜ਼ਾਂ ਇਹ ਚਿੰਨਾ ਦੇ ਉੱਤੇ ਜਿਹੜਾ ਮੋਦੀ ਸਾਹਿਬ ਕਹੀ ਜਾਂਦੇ ਨੇ ਫਿਰ ਇਹ ਅਬਦੀ ਉੱਥੇ ਵਿਛਾ ਲੈਂਦੇ ਲਾਈਨ ਨਾ ਹੁਣ ਨੂੰ ਜਿਹੜੀ ਰਾਤੋਂ ਗੈਸ ਦੀ ਸੋ ਇਹਨਾਂ ਨੇ ਇਹ ਕਹਿ ਕੇ ਕਿ ਜੀ ਫਰਾਨੇ ਨੇ ਨਹੀਂ ਕਰਿਆ ਫਰਾਨ ਦੂਜੇ ਦੇ ਸਿਰ ਪੰਨਾ ਕਹਿੰਦੇ ਦੱਸ ਹੁਣ ਹੁਣ ਅਖੀਰ ਦੇ ਵਿੱਚ ਥੋੜਾ ਇਹ ਦੱਸ ਜੋ ਕਿ ਹੁਣ ਇਹਦਾ ਹੱਲ ਕੀ ਹੈ ਕਿਸ ਤਰ੍ਹਾਂ ਇਸ ਚੀਜ਼ ਤੇ ਕੰਟਰੋਲ ਕੀਤਾ ਜਾ ਸਕਦਾ ਭਾਵੇਂ ਸਰਕਾਰਾਂ ਮੰਨਣ ਭਾਵੇਂ ਨਾ ਮੰਨਣ ਪਰ ਇੱਕ ਚਰਚਾ ਤਾਂ ਕਰਨੀ ਬਣਦੀ ਹੈ ਨਾ ਕਿ ਆਹ ਤਰੀਕੇ ਨਾਲ ਕੰਟਰੋਲ ਹੋ ਸਕਦਾ ਲੋਕਾਂ ਨੂੰ ਵੀ ਪਤਾ ਲੱਗੇ ਕਿ ਤਾਂ ਹੀ ਲੋਕ ਸਵਾਲ ਪੁੱਛਣਗੇ ਜਾ ਕੇ ਦੇਖੋ ਮੈਂ ਅੱਜ ਉੱਥੋਂ ਇੱਕ ਰੈਲੀ 'ਚੋਂ ਆਇਆ ਉੱਥੇ ਹੌਕਾ ਦਿੱਤਾ ਜਾ ਰਿਹਾ ਸੀ ਜੇ ਆਮ ਲੋਕਾਂ ਕੋਲ ਕਿ ਜੀ ਨੰਨੋਸੀ ਵੜਨ ਨਹੀਂ ਦੇਣਾ ਜਦ ਹੁਕਮਰਾਨ ਧੱਕਾ ਕਰਨ ਲੱਗ ਜੇ ਹਮ ਹੁਕਮਰਾਨ ਗਾਦੇ ਸੁਣੀ ਨਾ ਜੇ ਜਿਹੜੇ ਉਹਨੂੰ ਮਾੜਾ ਮੋਟਾ ਤੁਹਾਨੂੰ ਰੀਲੀਫ ਦੇਣ ਵਾਲੇ ਹਮ ਰਾਹਤ ਦੇਣ ਵਾਲੇ ادارے ਨੇ ਉਹ ਅੱਖਾਂ ਵਿੱਚ ਰਹਿਣ ਠੀਕ ਹੈ ਚਾਹੇ ਉਹ ਇਨਵੈਸਟੀਗੇਟਿਵ ਏਜੰਸੀਆਂ ਹੋਣ ਤਫਤੀਸ਼ੀ ਏਜੰਸੀਆਂ ਹੋਣ ਚਾਹੇ ਉਹ ਅਦਾਲਤਾਂ ਹੋਣ ਚਾਹੇ ਉਹ ਅਫਸਰ شاہੀ ਹੋਵੇ ਐਗਜ਼ੈਕਟਿਵ ਜਿਹਨੂੰ ਆਪਾਂ ਕਹਿੰਦੇ ਆ ਚਾਹੇ ਉਹ ਤਕਨੀਕੀ ਮਾਹਰ ਹੋਣ ਜਦੋਂ ਉਹ ਅੱਖਾਂ ਹੀ ਮੀਚ ਲੈਣ ਤਾਂ ਉਹਦੇ ਚਿੱਕੋ ਤਰੀਕਾ ਰਹਿੰਦਾ ਵੀ ਰਾਜਾ ਬਦਲਣਾ ਪੈਂਦਾ ਫਿਰ ਜੇ ਉਹ ਰਾਜਾ ਉਹੀ ਬੈਠਾ ਰਹੂਗਾ ਤੁਸੀਂ ਦੱਸੋ ਪਟ્રોલ ਤਾਂ ਕੀ ਕਰਨਗੇ ਧੋਈ ਤਰੀਕੇ ਨੇ ਨਾ ਐਜੀਟੇਸ਼ਨ ਕਰਨ ਲੋਕ ਐਜੀਟੇਸ਼ਨ ਜੇ ਕਰਨਗੇ ਤਾਂ ਹੀ ਹੋਊਗਾ ਕਿ ਥਾਂ ਐਜੀਟੇਸ਼ਨ ਕਰ ਹੀ ਰਹੇ ਨੇ ਨਾ ਸਾਡਾ ਜਿੰਨੀ ਤਕੜੀ ਐਜੀਟੇਸ਼ਨ ਤਾਂ ਕੋਈ ਕਰ ਹੀ ਨਹੀਂ ਸਕਦਾ ਦੂਜੇ ਪਾਸੇ ਸ਼ਹਿਰ ਹੀ ਉੱਠ ਖੜਨਾ ਮੈਂ ਅੱਜ ਵੀ ਕਹਿਣਾ ਠੀਕ ਹੈ ਤੁਸੀਂ ਮੈਂ ਅੱਜ ਵੀ ਕਹਿਣਾ ਅੱਜ ਪੋਲਿਟੀਕਲ ਪਾਰਟੀਆਂ ਕਿ ਹੈ ਇਹ ਐਜੀਟੇਸ਼ਨ ਤੋਂ ਕੋਈ ਨਹੀਂ ਰੋਕਦਾ ਇਹਨਾਂ ਨੂੰ ਕਰਨ ਤੋਂ ਵੀ ਪਟਰਾਣਾ ਨਹੀਂ ਕਿਉਂ ਆ ਜਾਂ ਜਿਹੜੇ ਮੀਡਲ ਕਲਾਸ ਜਿਹੜੀ ਜ਼ਿਆਦਾ ਸਮਝਦੀ ਆਪਦੇ ਆਪ ਨੂੰ ਉਹ ਕਰਨੀ ਸ਼ੁਰੂ ਕਰਦੇ ਅੱਜ ਜੇ ਜਾਂ ਵਿਦਿਆਰਥੀ ਕਰਨੀ ਸ਼ੁਰੂ ਕਰ ਦੇਣ ਕਿ ਜੇ ਅਸੀਂ ਸਕੂਟਰਾਂ ਕਰਨ ਤਾਂ ਕਿਵੇਂ ਜੇ ਸਕੂਟਰਾਂ ਦੇ ਕਿਵੇਂ ਜਾਈਏ ਸਾਨੂੰ ਤਾਂ ਪੈਸਾ ਹੀ ਬਹੁਤ ਜ਼ਿਆਦਾ ਦੇਣਾ ਪੈ ਰਿਹਾ ਸੋ ਇਹ ਜੇ ਐਜੀਟੇਸ਼ਨ ਹੋਊਗੀ ਤਾਂ ਇੱਕ ਤਰੀਕਾ ਵੀ ਰੇਟ ਘਟਾਉਣਗੇ ਜਾਂ ਤਾਂ ਤੇ ਜਾਂ ਫਿਰ ਸਰਕਾਰ ਜਾਏਗੀ ਮੇਰੇ ਹਿਸਾਬ ਨਾਲ ਡਾਕਟਰ ਸਾਹਿਬ ਇਹ ਲੈਕ ਜਿਹੜੀ ਇਹ ਪੰਜਾਬ ਨੂੰ ਹੀ ਅੱਗੇ ਲਿਓਣੀ ਪੈਣੀ ਹੈ ਅੰਦਰ ਜੇ ਅੱਜ ਐਜੀਟੇਸ਼ਨ ਤੋਂ ਬਗੈਰ ਅੱਜ ਲੋਕਾਂ ਦੇ ਰੋਸ ਪ੍ਰਗਟ ਕਰਨ ਤੋਂ ਬਗੈਰ ਇਕੱਠੇ ਹੋ ਕੇ ਕੱਲਾ ਕੱਲਾ ਜਿੰਨਾ ਮਰਜ਼ੀ ਕਰੀ ਜਾਓ ਕੋਈ ਜਾਈ ਜਾਓ ਕਿਸੇ ਨੇ ਨਹੀਂ ਪੁੱਛਣਾ ਕੱਲਾ ਕੱਲਾ ਜਾਣ ਦੀ ਬਜਾਏ ਇਕੱਠੇ ਹੋ ਕੇ ਰੋਸ ਪ੍ਰਗਟ ਕਰਨ ਤੋਂ ਸਵਾਏ ਮੈਨੂੰ ਲੱਗਦਾ ਨਹੀਂ ਵੀ ਭਾਰਤ ਦੇ ਵਿੱਚ ਇਹਨੂੰ ਅਸੀਂ ਕਹਿੰਨਾ ਰੀਡਰੈਸਲ ਆਫ ਗ੍ਰੀਵੈਂਸਸ ਯਾਨੀ ਕਿ ਕਿਸੇ ਦਾ ਜਿਹੜਾ ਦੁੱਖ ਹੈ ਉਹਦਾ ਹੱਲ ਕਰਨ ਦਾ ਹੋਰ ਕੋਈ ਤਰੀਕਾ ਹੁਣ ਬਹੁਤਾ ਰਿਹਾ ਨਹੀਂ ਹੁਣ ਤਰੀਕਾ ਕੋਈ ਨਹੀਂ ਰਿਹਾ ਵੀ ਹੰਡਟਵਾਜੀਤਾਂ ਨਾ ਕਰੋ ਤੋੜ ਭੰਨ ਨਾ ਕਰੋ ਦੇਸ਼ ਦੇ ਅਸਾਸਾਂ ਨੂੰ ਖਰਾਬ ਨਾ ਕਰੋ ਗਾਲ ਤੋਪੜੀ ਵੀ ਨਾ ਕੱਢੋ ਬਿਲਕੁਲ ਆਪਣਾ ਰੋਸ ਸ਼ਾਂਤ ਮਈ ਡਟ ਕੇ ਕਰਦੇ ਰਹੋ ਫੇਰ ਜਾਂ ਤਾਂ ਇਹ ਸਰਕਾਰ ਦੇ ਕੰਨਾਂ 'ਚ ਜੂੰਨ ਸਰਕੇਗੀ ਤੇ ਜੇ ਜੂੰ ਨਹੀਂ ਸਰਕੇਗੀ ਫੇਰ ਤਖਤ ਤੋਂ ਰਹੇਗੀ ਸੋ ਅੱਜ ਸਾਡੇ ਹੋ ਗਏ ਤਖਤ ਬਹਿ ਤਖਤੇ ਕੀ ਨਾਇਕ ਜੀ ਬਿਲਕੁਲ ਬਹਿ ਗਏ ਉਹ ਜਿਹੜੇ ਤਖਤੇ ਦੀ ਨਾਇਕ ਸੀਗੇ ਬਿਲਕੁਲ ਤੋ ਤਖਤੇ ਜੇ ਤਖਤੇ ਦੀ ਨਾਇਕ ਬੈਠਦੇ ਨੇ ਤੇ ਫੇਰ ਇਹੋ ਜਿਹਾ ਕੁਝ ਕਰਦੇ ਨੇ ਇਸ ਕਰਕੇ ਸਾਨੂੰ ਦੁੱਖ ਹੈ ਕਿ ਇਹ ਪਟ્રોલ ਨੂੰ ਇਹਨਾਂ ਨੇ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣਾ ਲਿਆ ਬੀਚੋ ਪਾਈ ਸੀ ਪਟੌਲ ਦੀ ਜਿਹੜੀ ਤੋਂ ਕਮਾਈ ਜੋ ਆਪਾਂ ਲੈਣਾ ਕਿ ਕਿਸਾਨੋਂ ਦਾ ਤਾਂ ਇਹੀ ਹੈ ਉਹ ਕਹਿੰਦਾ ਤੁਸੀਂ ਡੀਜ਼ਲ ਤੋਂ ਤੋਂ ਜ਼ਿਆਦਾ ਪੈਸੇ ਲੈ ਜਾਨੇ ਰੇਚੋਂ ਤੋਂ ਜ਼ਿਆਦਾ ਲੈ ਜਾਨੇ ਕਿ ਮੈਂ ਕਿੱਥੇ ਜਾਵਾਂ ਸੋ ਇਹ ਹੈ ਇਸ ਕਰਕੇ ਜਿਹੜਾ ਤੁਹਾਡਾ ਫਾਈਨਲ ਸਵਾਲ ਇਹੀ ਹੈ ਕਿ ਉਹ ਰਾਜੇ ਸੀ ਮੁਕਦਮ ਕੁੱਤੇ ਜਦ ਹੋ ਜਾਣ ਤੇ ਫਿਰ ਉਹਨਾਂ ਨੂੰ ਜਗਾਉਣਾ ਪੈਂਦਾ ਜਾਏ ਜਗਾਏ ਨਾ ਬੈਠੇ ਸੁੱਤੇ ਉਸ ਉੱਤੇ ਬੈਣੇ ਉਹਨਾਂ ਨੂੰ ਆਪਾਂ ਜਾ ਕੇ ਜਗਾਉਣਾ ਪਵੇਗਾ ਹੋਰ ਕੋਈ ਤਰੀਕਾ ਨਹੀਂ ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ। ਜੀ ਸੋ ਮੇਰੇ ਨਾਲ ਮੌਜੂਦ ਸਨ ਉਹ ਕੇ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ ਜਿਸ ਤਰੀਕੇ ਦੇ ਨਾਲ ਤੇਲ ਦੀਆਂ ਕੀਮਤਾਂ ਬੇਲਗਾਮ ਹੋ ਰਹੀਆਂ ਨੇ ਮਹਿੰਗਾਈ ਹਰ ਪਾਸੇ ਆ ਜੇ ਅਸੀਂ ਖਾਣ ਪੀਣ ਦੀਆਂ ਅਵਸਥਾਵਾਂ ਦੀ ਗੱਲ ਕਰੀਏ ਜਾਂ ਅਸੀਂ ਸਿਲੰਡਰ ਦੀ ਗੱਲ ਕਰੀਏ ਜਿਹੜੀਆਂ ਸਾਨੂੰ ਜ਼ਰੂਰੀ ਨੇ ਅਸੈਂਸ਼ੀਅਲ ਕਮਿਊਨਿਟੀਜ਼ ਜਿਨੂੰ ਕਹਿੰਦੇ ਨੇ ਉਹਨਾਂ ਅਵਸਥਾਵਾਂ ਦੇ ਉੱਤੇ ਜੇ ਇਸ ਤਰੀਕੇ ਦੇ ਨਾਲ ਬੇਲਗਾਮ ਹੋਣ ਗਿਆ ਲੋਕਾਂ ਦੇ ਢਿੱਡ ਤੇ ਸੱਟ ਵੱਜੇਗੀ ਤਾਂ ਸੁਭਾਵਕ ਹੈ ਕਿ ਲੋਕ ਜਿਹੜੇ ਨੇ ਉਹ ਸੜਕਾਂ ਤੇ ਆਉਣਗੇ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਹੈ ਕਿ ਤੁਸੀਂ ਆਪਣੇ ਹੱਕਾਂ ਦੇ ਲਈ ਜੇ ਸ਼ਾਂਤਮਈ ਕੋਈ ਧਰਨਾ ਪ੍ਰਦਰਸ਼ਨ ਕਰ ਰਹੇ ਆ ਤੇ ਉਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਬਲ ਦਾ ਪ੍ਰਯੋਗ ਨਹੀਂ ਕਰ ਸਕਦੇ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਹੱਕ ਬਣਦਾ ਕਰਨ ਦਾ ਹੁਣ ਲੋਕ ਅੱਗੇ ਆਵਾਜ਼ ਚੁੱਕਦੇ ਨੇ ਜਾਂ ਨਹੀਂ ਚੁੱਕਦੇ ਇਹ ਲੋਕਾਂ ਦੇ ਉੱਤੇ ਡਿਪੈਂਡ ਕਰਦਾ ਅਸੀਂ ਆਪਣੇ ਵੱਲੋਂ ਜਿਹੜੀ ਇੱਕ ਆਵਾਜ਼ ਪੈਟਰੋਲ ਡੀਜ਼ਲ ਦੇ ਕੀਮਤਾਂ ਕਿਵੇਂ ਵੱਧਦੀਆਂ ਕਿਵੇਂ ਤੈਅ ਹੁੰਦੀਆਂ ਨੇ ਕੀ ਕੁਝ ਸਰਕਾਰਾਂ ਦਾ ਉਹਦੇ ਵਿੱਚ ਰੋਲ ਹੈ ਉਸ ਉੱਤੇ ਗੱਲਬਾਤ ਕੀਤੀ ਹੈ ਮੇਰੇ ਨਾਲ ਡਾਕਟਰ ਪਿਆਰਾ ਨਾਲ ਗਰਗ ਮੌਜੂਦ ਸਨ ਮੈਨੂੰ ਇਜਾਜ਼ਤ ਦਿਓ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਲੋਕਰਾਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ